परसेट दे कहानीकार वीना वर्मा ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਸਤੀ ਗਲੀ ਗਲੀ ਨੱਚਦੀ ਫਿਰਦੀ ਸੀ ਕ੍ਰਿਸ਼ਨਾ ਉੱਚੀ ਲੰਮੀ 6 ਫੁੱਟੀ ਲਗਰ ਵਰਗੀ ਕੁੜੀ ਗੋਰਾ ਧੁੱਪ ਵਰਗਾ ਰੰਗ ਤਿੱਖੇ ਨੈਣ ਨਕਸ਼ ਤੇ ਸਰਾਹੀਦਾਰ ਲੰਮੀ ਗਰਦਨ ਲੰਮੇ ਕਾਲੇ ਸਿਆ ਗਜਾਂ ਜੇ دیਵਾਲ ਗੋਲ ਭਰਮੀਆਂ ਬਾਹਾਂ ਜਿਨ੍ਹਾਂ ਚ ਸੱਤ ਰੰਗੀਆਂ ਚੂੜੀਆਂ ਉਹ ਨਿਤ ਬਦਲਦੀ ਬਨੋਟੀ ਗਹਿਣਿਆਂ ਨਾਲ ਉਸਦੀ ਪਟਾਰੀ ਭਰੀ ਪਈ ਸੀ ਫੈਸ਼ਨ ਪਿੱਛੋਂ ਬਦਲਦੇ ਪਹਿਲਾਂ ਕ੍ਰਿਸ਼ਨਾਂ ਨੇ ਰੰਗ ਵਟਾਇਆ ਹੁੰਦਾ ਬਾਜ਼ਾਰ 'ਚ ਕਪੜਾ ਹਾਲੇ ਦੁਕਾਨਾਂ 'ਤੇ ਵੀ ਨਹੀਂ ਸੀ ਪਹੁੰਚਿਆ ਹੁੰਦਾ ਪਰ ਕ੍ਰਿਸ਼ਨਾਂ ਉਸ ਨੂੰ ਹੰਡਾ ਚੁੱਕੀ ਹੁੰਦੀ ਸੀ ਸੱਤ ਰੰਗ ਚਲਕਦੇ ਸੀ ਕ੍ਰਿਸ਼ਨਾਂ ਦੇ ਮੂੰਹ 'ਤੇ ਚੜਦਾ ਜੋਬਨ ਰੰਗ ਰੂਪ ਤੇ ਸ਼ੂਕ ਦੀ ਜਵਾਨੀ ਅੱਗ ਦੀ ਨਾਲ ਵਾਂਗ ਮੱਚਦੀ ਸੀ ਉਹ ਕਈ ਵਾਰੀ ਸ਼ੀਸ਼ੇ 'ਚ ਆਪਣਾ ਹੁਸਨ ਦੇਖ ਕੇ ਉਹ ਖੁਦ ਤੇ ਹੀ ਮੋਹਤ ਹੋ ਜਾਂਦੀ ਗੁਆਚ ਜਾਂਦੀ ਆਪਣੀ ਜਵਾਨੀ ਦੀਆਂ ਪੁੱਲਪਲਈਆਂ ਵਿੱਚ ਉਹ ਘਟਾਵਾ ਵਰਗੇ ਕਾਲੇ ਲੰਮੇ ਵਾਲ ਖਲਾਰ ਕੇ ਸ਼ੀਸ਼ੇ ਮੁਰੇ ਕਿੰਨੀ ਕਿੰਨੀ ਧੀਰ ਖੜੀ ਰਹਿੰਦੀ ਭੁੱਲ ਜਾਂਦੀ ਆਪਣੀ ਹਕੀਕਤ ਨੂੰ ਤੇ ਸੁਨਹਿਰੀ ਸੰਦਲੀ ਸੁਪਨਿਆਂ ਵਿੱਚ ਉਹ ਵਿਚਰਨ ਲੱਗਦੀ ਉਸ ਦੀ ਟੋਲੀ ਦੇ ਸਾਥੀ ਉਸ ਨੂੰ ਹੇਠੋਂ ਆਵਾਜ਼ਾਂ ਮਾਰਦੇ ਆ ਜਾ ਕ੍ਰਿਸ਼ਨਾ ਧੁੱਪਾਂ ਚੜਾਈਆਂ ਬਹੁਤ देर ਹੋ ਜੂ ਨਹੀਂ ਤਾਂ ਤੇ ਉਹ ਜਿਵੇਂ ਆਕਾਸ਼ ਤੋਂ ਜ਼ਮੀਨ ਤੇ ਆ ਡਿੱਗਦੀ ਕਿਸੇ ਫੱਟੜ ਪੰਛੀ ਵਾਂਗ ਫੜਫੜਾਉਂਦੀ ਤੇ ਆਪਣੇ ਖੰਭ ਇਕੱਠੇ ਕਰਦੀ ਇੱਕ ਚੀਜ਼ ਉਹਦੇ ਅੰਦਰੋਂ ਉੱਠਦੀ ਤੇ ਉਹ ਡੂੰਗਾ ਹੌਕਾ ਲੈਂਦੀ ਜਿਵੇਂ ਕਿਸਮਤ ਅੱਗੇ ਹਾਰ ਮੰਨ ਲਈ ਹੋਵੇ ਉਸਨੇ ਫੇਰ ਸ਼ਮਸ਼ਮ ਕਰਦੀ ਪੌੜੀਆਂ ਉਤਰਦੀ ਛਾਹੀ ਠਾਠ ਬਾਠ ਨਾਲ ਕ੍ਰਿਸ਼ਨਾ ਦੇ ਚਾਰੇ ਪਾਸੇ ਮਹਿਕ ਦਾ ਇੱਕ ਸਮੁੰਦਰ ਠਾਠਾ ਮਾਰਦਾ ਸੀ ਜਿਸ ਦਾ ਨਸ਼ਾ ਹਰ ਕੋਲ ਖੜੇ ਬੰਦੇ ਨੂੰ ਜਾ ਚੜਦਾ ਸੱਤਵਾਲ ਖਾਂਦੀ ਉਹ ਸੱਪਣੀ ਵਾਂਗ ਜਦ ਸੜਕਾਂ ਤੇ ਤੁਰਦੀ ਤਾਂ ਲੋਕ ਹੱਥ ਵਾਲਾ ਕੰਮ ਕਰਨਾ ਭੁੱਲ ਜਾਂਦੇ ਤੇ ਉਹਦੇ ਸਮੋਹਿਕ ਜਾਲ ਵਿੱਚ ਫਸ ਜਾਂਦੇ ਉਹਦੇ ਸਾਥੀ ਉਸ ਤੋਂ ਬਹੁਤ ਪਿੱਛੇ ਰਹਿ ਜਾਂਦੇ ਤੇ ਉਹ ਉਹਨਾਂ ਸਭਨਾਂ ਤੋਂ ਬੇਖਬਰ ਕਿਸੇ ਅਵਾਰਾ ਨਦੀ ਵਾਂਗ ਜਿਸ ਤੇ ਕੋਈ ਬੰਨ ਨਾ ਹੋਵੇ ਠਾਠਾ ਮਾਰਦੀ ਤੇ ਛੂਟਾਂ ਵੱਟਦੀ ਤੁਰਦੀ ਜਾਂਦੀ ਜਿੱਥੇ ਕ੍ਰਿਸ਼ਨ ਦੇ ਹੁਸਨ ਦੇ ਚਰਚੇ ਸਨ ਉੱਥੇ ਉਹਦੇ ਨਾਚਦਿਆਂ ਵੀ ਤੁਮਾ ਪਈਆਂ ਹੋਈਆਂ ਸੀ ਜਿਸ ਦਿਨ ਉਸਨੇ ਨੱਚਣਾ ਹੁੰਦਾ ਲੋਕ ਦੂਰੋਂ ਦੂਰੋਂ ਕੰਮ ਛੱਡ ਕੇ ਆ ਜਾਂਦੇ ਕਿਸੇ ਨੂੰ ਨਾ ਵੀ ਪਤਾ ਹੁੰਦਾ ਤਾਂ ਢੋਲਕੀ ਦੀ ਥਾਪ ਲੋਕਾਂ ਦੇ ਕੰਨ ਖੜੇ ਕਰ ਦਿੰਦੀ ਕ੍ਰਿਸ਼ਨਾਂ ਦੀ ਅੱਡੀ ਜ਼ਮੀਨ ਤੇ ਵੱਜਦੀ ਤਾਂ ਚੌਥੇ ਮੁਹੱਲੇ ਸੁਣਾਈ ਦਿੰਦੀ ਉਸ ਦੀ ਤਾੜੀ ਦੀ ਆਵਾਜ਼ ਨਾਲ ਇਲਾਕਾ ਜਾਗ ਪੈਂਦਾ ਜਿਸ ਘਰ 'ਚ ਮੁੰਡਾ ਪੈਦਾ ਹੋਣਾ ਜਾਂ ਕੋਈ ਵਿਆਹ ਸ਼ਾਦੀ ਦੀ ਰਸਮ ਹੋਣੀ ਉਹਦੇ ਵਾਰ ਮੂਰੇ ਉਹ ਆਪਣੇ ਸਾਥੀਆਂ ਸਮੇਤ ਜਿਨ੍ਹਾਂ 'ਚੋਂ ਅੱਧੇ ਮਰਦ ਸੀ ਤੇ ਅਧੀਆਂ ਔਰਤਾਂ ਸਨ ਜਾਂ ਡੰਕਾ ਵਜਾਉਂਦੀ ਲੋਕ ਉਹਨੂੰ ਪਿਆਰ ਕਰਦੇ ਸੀ ਤੇ ਉਸ ਨੂੰ ਵਧਾਈਆਂ ਦੇਣ ਆਈ ਨੂੰ ਦੇਖ ਕੇ ਉਹਨਾਂ ਨੂੰ ਚਾ ਚੜ ਜਾਂਦਾ ਅੱਜ ਕ੍ਰਿਸ਼ਨਾਂ ਦਾ ਨਾਚ ਹੋਊਗਾ ਸਾਰੇ ਮਹੱਲੇ ਦੀਆਂ ਔਰਤਾਂ ਦਾਣੇ ਆਟਾ ਕੱਪੜੇ ਤੇ ਪੈਸਾ ਤੇਲਾ ਲੈ ਕੇ ਆ ਜੁੜਦੀਆਂ ਸਨ ਪਰ ਕ੍ਰਿਸ਼ਨਾਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ ਉਹਦਾ ਰੇਟ ਪੱਕਾ ਸੀ 100 ਰੁਪਏ ਦਾ ਇੱਕ ਨੋਟ ਕੋਈ ਘਾਟਾ ਬਾਧਾ ਕਰਦਾ ਤਾਂ ਕ੍ਰਿਸ਼ਨਾਂ ਨੂੰ ਵਿਸ਼ ਚੜਦਾ ਸ਼ਰਮ ਨਹੀਂ ਆਉਂਦੀ ਇੰਨੇ ਵੱਡੇ ਸੇਠ ਹੋ ਕੇ ਹੀਜੜਿਆਂ ਦਾ ਹੱਕ ਮਾਰਦੇ ਹੋ ਉਹਦੀ ਦਰਦ ਭਰੀ ਆਵਾਜ਼ ਵਿੱਚ ਰੋ ਵੀ ਸ਼ਾਮਲ ਹੁੰਦਾ ਨਹੀਂ ਕੋਈ ਨਹੀਂ ਅੱਜ 10 ਰੁਪਏ ਲੈ ਲੈ ਬਾਕੀ ਕਦੇ ਫੇਰ ਸੱਚੀ ਧਰਮ ਨਾਲ ਅੱਜ ਹੈ ਨਹੀਂ ਟੁੱਟੇ ਹੋਏ ਪੈਸੇ ਤੀਵੀਆਂ ਉਹਦੇ ਹਾੜੇ ਕੱਢਦੀਆਂ ਉਹ ਗਾਲਾਂ ਕੱਢਦੀ ਹੋਈ ਕਹਿੰਦੀ ਮੁੰਡੇ ਵੀ ਜੰਮਦੀਆਂ ਨੇ ਤੇ ਕੰਜੂਸੀਆਂ ਵੀ ਕਰਦੀਆਂ ਨੇ ਮੈਂ ਕੋਈ ਮੰਗਤੀ ਆ ਆਪਣਾ ਹੱਕ ਲੈਣੀ ਆ ਕੋਈ ਭੀਖ ਨਹੀਂ ਮੰਗਦੀ ਫਿਰਦੀ ਮੈਂ ਰੱਬ ਕਿਸੇ ਨੂੰ ਇਸ ਜੂਨ ਚ ਨਾ ਪਾਵੇ ਨਹੀਂ ਥੋਡੇ ਵਰਗੀਆਂ ਨੂੰ ਤਾਂ ਮੈਂ ਪੈਰਾਂ ਦੀ ਮਾਲਿਸ਼ ਕਰਨੋਂ ਬਿਨਾਂ ਰੱਖਾਂ ਆ ਗਈਆਂ ਵੱਡੀਆਂ ਸਠਾਣੀਆਂ ਉਹ ਦੋਹਾਂ ਹੱਥਾਂ ਨਾਲ ਜ਼ੋਰ-ਜ਼ੋਰ ਦੀ ਹਿਜੜਿਆਂ ਵਾਲਾ ਗਿੱਧਾ ਪਾਉਂਦੀ ਤੇ ਪੰਡਾਲ ਦਾ ਢੀੜਾ ਕੱਢਦੀ ਚੱਲ ਕੋਈ ਨਹੀਂ ਹਾੜੇ ਕਦੇ ਕਿਸੇ ਦੀ ਮੰਨੀ ਦੀ ਵੀ ਹੁੰਦੀ ਆ ਚੱਲ ਉਹ ਜਾਣੇ ਅੱਜ ਇਹੀ ਸਹੀ ਤੀਵੀਆਂ ਫੇਰ ਉਹਦੀਆਂ ਮਿਹਨਤਾਂ ਕਰਦੀਆਂ ਚੱਲੋ ਨੀ ਇਹਨਾਂ ਭੁੱਖਿਆਂ ਤੋਂ ਕੀ ਮੰਗਦੀਆਂ ਹੋ ਤੁਸੀਂ ਖੋਲ ਦੋ ਨਾਲੇ ਕੱਢੋ ਇਹਨਾਂ ਦਾ ਜਲੂਸ ਹੋ ਜਾਓ ਨੰਗੀਆਂ ਰੱਬ ਕਰੇ ਅਗਲੇ ਸਾਲ ਇਹਨਾਂ ਦੇ ਘਰ ਵੀ ਸਾਡੇ ਵਰਗਾ ਜੰਮੇ ਕ੍ਰਿਸ਼ਨਾ ਆਪਣੇ ਸਾਥੀਆਂ ਨੂੰ ਹੁਕਮ ਸੁਣਾਉਂਦੀ ਨਾ ਨਾ ਐ ਨਾ ਕਰਿਓ ਐਸਾ ਜ਼ੁਲਮ ਨਾ ਕਰਿਓ ਨੰਗੀਆਂ ਨਾ ਹੋਇਓ ਅਸੀਂ ਇੱਜ਼ਤ ਵਾਲੇ ਬੰਦੇ ਆਂ ਵਧਾਈਆਂ ਵਾਲੇ ਘਰ ਦੇ ਆਦਮੀ ਤੇ ਔਰਤਾਂ ਘਬਰਾ ਜਾਂਦੇ ਤੇ ਕ੍ਰਿਸ਼ਨਾ ਮੂਰੇ ਹਥਿਆਰ ਸੁੱਟ ਦਿੰਦੇ ਉਸ ਨੂੰ ਮੂੰਹ ਮੰਗੇ ਪੈਸੇ ਮਿਲਦੇ ਪੈਸੇ ਲੈ ਕੇ ਉਹ ਸਾਂਭ ਲੈਂਦੀ ਤੇ ਸੂਟ ਨੂੰ ਹੱਥਾਂ 'ਚ ਇੰਜ ਫੜਦੀ ਜਿਵੇਂ ਕੋਈ ਬੱਚੇ ਦਾ ਲਿਬੜਿਆ ਹੋਇਆ ਪੋਤੜਾ ਚੁੱਕਦਾ ਹੈ ਹਾਂ ਆ ਸੂਟ ਮੇਰੀ ਜੁੱਤੀ বিনা ਪਾਵੇ ਉਹ ਨੱਕ ਚੜਾਉਂਦੀ ਤੇ ਸੂਟ ਨੂੰ ਆਪਣੇ ਸਾਥੀਆਂ ਵੱਲ ਵਗਾ ਕੇ ਮਾਰਦੀ ਨਵ ਜੰਮੇ ਬੱਚੇ ਨੂੰ ਉਹ ਬਾਹਾਂ 'ਚ ਚੁੱਕਦੀ ਲੋਰੀ ਦਿੰਦੀ ਤੇ ਵਧਾਈਆਂ ਗਾਉਂਦੀ ਕੋਠੇ ਉੱਤੇ ਮੋਰ ਥੋੜੇ ਮੁੰਡਾ ਜੰਮੇ ਹੋਰ ਸਾਲ ਨੂੰ ਫੇਰ ਆਵਾਂ ਵਧਾਈਆਂ ਲੈਂਦੀ ਜਾਵਾਂ ਹਾੜੇ ਨੀ ਕ੍ਰਿਸ਼ਨਾ ਇੱਕ ਗੀਤ ਹੋਰ ਸੁਣਾ ਜਾ ਬਸ ਸਿਰਫ ਇੱਕ ਹੋਰ ਲੋਕ ਉਹਦੀ ਕੋਇਲ ਵਰਗੀ ਆਵਾਜ਼ ਦੇ دیਵਾਨੇ ਸਨ ਪਰ ਕ੍ਰਿਸ਼ਨਾ ਮਨਮਰਜੀ ਦੀ ਮਾਲਕ ਸੀ ਜਿੱਥੇ ਡੱਕਾ ਲਗਾ ਦਿੱਤਾ ਲਗਾ ਦਿੱਤਾ ਜਦੋਂ ਤੱਕ ਮੂਡ ਚ ਹੁੰਦੀ ਖੂਬ ਗਾਉਂਦੀ ਨੱਚਦੀ ਤੇ ਜਰਾ ਜਿੰਨਾ ਵੀ ਮਨ ਉਖੜ ਗਿਆ ਤਾਂ ਫੇਰ ਕੋਈ ਉਹਨੂੰ ਨਚਾ ਨਹੀਂ ਸਕਦਾ ਇਸ ਲਈ ਲੋਕ ਉਸ ਦੇ ਮੋੜ ਦਾ ਖਾਸ ਖਿਆਲ ਰੱਖਦੇ ਤੇ ਉਹਨੂੰ ਚੰਗੀ ਮਾੜੀ ਨਾ ਕਹਿੰਦੇ ਉਹ ਫਰਮਾਇਸ਼ਾਂ ਪਾਈ ਜਾਂਦੇ ਤੇ ਕ੍ਰਿਸ਼ਨਾ ਇੱਕ ਤੋਂ ਬਾਅਦ ਦੂਜਾ ਗੀਤ ਛੇੜਦੀ ਤੇ ਅੱਡੀ ਮਾਰ ਕੇ ਧਰਤੀ ਹਿਲਾ ਦਿੰਦੀ ਉਸ ਦੇ ਸਾਥੀ ਢੋਲ ਕੀ ਛਣੀਆਂ ਤੇ ਤਾੜੀਆਂ ਨਾਲ ਉਸ ਦਾ ਸਾਥ ਦਿੰਦੇ ਤੇ ਉਹਦੇ ਪਿੱਛੇ-ਪਿੱਛੇ ਗਾਉਂਦੇ ਨੱਚਣ ਦਾ ਪੜ ਉਹ ਇਕੱਲੀ ਹੀ ਸੰਭੀ ਰੱਖਦੀ ਥੱਕਦੀ ਨਹੀਂ ਸੀ ਅਸਲ 'ਚ ਉਸ ਵਰਗਾ ਕੋਈ ਹੋਰ ਹੀਜੜੀ ਨੱਚਦੀ ਵੀ ਨਹੀਂ ਸੀ ਤੇ ਨਾ ਹੀ ਲੋਕ ਕਿਸੇ ਹੋਰ ਨੂੰ ਪਸੰਦ ਕਰਦੇ ਸਨ ਇਸ ਲਈ ਜੇ ਉਹ ਨਖਰੇ ਕਰਦੀ ਸੀ ਤਾਂ ਲੋਕ ਹੱਸ ਹੱਸ ਕੇ ਚੱਲਦੇ ਸਨ ਕਿੰਨੀ ਸੋਹਣੀ ਕੁੜੀ ਆ ਪਰੀਆਂ ਵਰਗੀ ਪਰ ਰੱਬ ਨੇ ਕਰਮ کیسے ਲਿਖੇ ਕੋਈ ਔਰਤ ਉਸ ਨੂੰ ਦੇਖ ਕੇ ਹੌਕਾ ਭਰਦੀ ਪਤਾ ਨਹੀਂ ਕਿਹੜੇ شریف ਮਾਪਿਓ ਦੀ ਧੀ ਹੋਣੀ ਆ ਕਿਵੇਂ ਸੜਕਾਂ ਤੇ ਨੱਚਦੀ ਫਿਰਦੀ ਏ ਹਾਏ ਕਿਸੇ ਖਾਨਦਾਨ ਦੀ ਲਾਜ ਕਿਸੇ شریف ਘਰ ਦੀ ਇੱਜ਼ਤ ਧੀ ਤਿਆਣੀ ਇੱਕ ਔਰਤ ਕਾਲਜੇ ਤੇ ਹੱਥ ਰੱਖ ਕੇ ਕਹਿੰਦੀ ਔਰਤਾਂ ਨੂੰ ਕ੍ਰਿਸ਼ਨ ਨਾਲ ਬਹੁਤ ਹਮਦਰਦੀ ਸੀ ਤੇ ਉਹ ਉਸ ਦੀ ਇੱਜ਼ਤ ਵੀ ਬੜੀ ਕਰਦੀਆਂ ਸਨ ਉਹ ਉਸ ਨੂੰ ਰਾਜੰਦੀ ਨੂੰ ਆਵਾਜ਼ ਮਾਰ ਕੇ ਬੁਲਾ ਲੈਂਦੀਆਂ ਤੇ ਬੈਠ ਕੇ ਦੁੱਖ ਸੁੱਖ ਕਰਦੀਆਂ ਉਹਦੇ ਨਾਲ ਕੁੜੇ ਕ੍ਰਿਸ਼ਨ ਜੀ ਤਾ ਨਹੀਂ ਕਰਦਾ ਕਹਿਣ ਨੂੰ ਪਰ ਕੁੜੇ ਤੇਰੇ ਮਾਪਿਓ ਉਹਨਾਂ ਤੇ ਕੀ ਬੀਤਦੀ ਹੋਣੀ ਹੈ ਜਦੋਂ ਕੰਨਿਆ ਕੁਮਾਰੀ ਨੂੰ ਬਦੀਨ ਹੁੰਦੀ ਦੇਖਦੇ ਹੋਣੇ ਕੁੜੇ ਕੁਛ ਪਤਾ ਨਹੀਂ ਵੀ ਕੌਣ ਨੇ ਤੇਰੇ ਮਾਪਿਓ ਕੋਈ ਵਿੱਚੋਂ ਕਹਿੰਦੀ ਕੀ ਪਤਾ ਮਾਸੀ ਹੇ ਜੜਿਆਂ ਦੇ ਕਿਹੜੇ ਮਾਪਿਓ ਹੁੰਦੇ ਨੇ ਸਾਨੂੰ ਕਰਮਾ ਸੜਿਆਂ ਨੂੰ ਤਾਂ ਜੰਮ ਦਿਆ ਹੀ ਸਾਡੀ ਜਾਤ ਬਰਾਦਰੀ ਖੋ ਕੇ ਲੈ ਜਾਂਦੀ ਆ ਮਾਪਿਓ ਪਾਫ ਨਹੀਂ ਕੱਢਦੇ ਵੀ ਸਾਡੇ ਘਰ ਖੁਸਰਾ ਜੰਮਿਆ ਇਹ ਤਾਂ ਕਹਿੰਦੇ ਨੇ ਦਾਈਆਂ ਹੀ ਸਿਰਸੜੀਆਂ ਆਪ ਜਾ ਕੇ ਦੱਸ ਆਉਂਦੀਆਂ ਨੇ ਇਹ ਜੜਿਆਂ ਨੂੰ ਵੀ ਤੁਹਾਡੇ ਭਾਈਚਾਰੇ ਚ ਵਾਧਾ ਹੋਇਆ ਤੇ ਫੇਰ ਤੈਨੂੰ ਪਤਾ ਐ ਮਾਸੀ ਅਗਲਿਆਂ ਨੂੰ ਤਾਂ ਮਸਾ ਲੱਭਦਾ ਇਹੋ ਜਿਹਾ ਭਾਈਬੰਦ ਜਦੋਂ ਇੱਕ ਵਾਰੀ ਕੋਈ ਹੇਜੜਿਆਂ ਚ ਜਾ ਰਲਿਆ ਤਾਂ ਫੇਰ ਜ਼ਿੰਦਗੀ ਪਰ ਨਰਕ ਭੋਗਦਾ ਸਭ ਕਰਮਾਂ ਦੀਆਂ ਲਖੀਆਂ ਉਹ ਦੁਖੀ ਮਨ ਨਾਲ ਉੱਠ ਕੇ ਆ ਜਾਂਦੀ ਫੇਰ ਕਈ ਦਿਨ ਉਦਾਸ ਰਹਿੰਦੀ ਸੋਚਦੀ ਕੌਣ ਸੀ ਮੇਰੇ ਮਾਪਿਓ ਜਿਨ੍ਹਾਂ ਨੇ ਮੈਨੂੰ ਜੰਮ ਦੀ ਨੂੰ ਬਾਜ਼ਾਰ 'ਚ ਸੁੱਟਤਾ ਸੜਕਾਂ 'ਤੇ ਨੱਚਣ ਲਈ ਇਹ ਜ਼ਲੀਲ ਜ਼ਿੰਦਗੀ ਜਿਉਣ ਲਈ ਮੁੜ ਕੇ ਕਦੇ ਮੇਰੀ ਖ਼ਬਰ ਨਹੀਂ ਲਈ ਕਿ ਕੀ ਕੀ ਬੀਤੀਆਂ ਨੇ ਮੇਰੇ ਨਾਲ ਕ੍ਰਿਸ਼ਨ ਨੂੰ ਗੋਤੇ ਪੈਣ ਲੱਗਦੇ ਤੇ ਉਹਦਾ ਦਿਲ ਕਰਦਾ ਕਿ ਉਹ ਹੀ ਜੜਿਆਂ ਦੀ ਇਸ ਟੋਲੀ ਨੂੰ ਛੱਡ ਕੇ ਕਿਤੇ ਦੂਰ ਭੱਜ ਜਾਵੇ ਕਿਸੇ ਘਰ ਚ ਰਹੇ ਕਿਸੇ ਆਮ ਔਰਤ ਵਾਂਗ ਉਹਦਾ ਵੀ ਕੋਈ ਮਰਦ ਹੋਵੇ ਜੋ ਉਸਦੇ ਨਾਗਾ ਵਰਗੇ ਵਾਲਾਂ ਨਾਲ ਖੇਡੇ ਉਸਦੇ ਹੁਸਨ ਦੀ ਤਾਰੀਫ ਕਰੇ ਕਾਸ਼ ਉਹਦੇ ਵੀ ਤਿੰਨ ਚਾਰ ਪਿਆਰੇ ਪਿਆਰੇ ਬੱਚੇ ਹੋਣ ਤੇ ਉਹ ਸਾਰਾ ਦਿਨ ਉਹਨਾਂ ਦੀ ਦੇਖਭਾਲ ਵਿੱਚ ਰੁੱਝੀ ਰਹੇ ਤੇ ਪਤਾ ਹੀ ਨਾ ਲੱਗੇ ਕਿ ਜ਼ਿੰਦਗੀ ਕਦੋਂ ਬੀਤ ਗਈ ਪਰ ਨਹੀਂ ਕ੍ਰਿਸ਼ਨਾਂ ਲਈ ਤਾਂ ਜ਼ਿੰਦਗੀ ਸਜ਼ਾ ਸੀ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਉਛੋਪ ਨਹੀਂ ਸੀ ਸਕਦੀ ਲੋਕਾਂ ਨੂੰ ਉਸਦੀ ਹਕੀਕਤ ਦਾ ਪਤਾ ਸੀ ਕੁਦਰਤ ਨੇ ਕਿੰਨਾ ਪੱਦਾ ਮਜ਼ਾਕ ਕੀਤਾ ਸੀ ਉਸ ਨਾਲ ਕੀ ਕਮੀ ਹੈ ਮੇਰੇ ਚ ਉਹ ਆਪਣੇ ਜਿਸਮ ਨੂੰ ਫਰੋਲਦੀ ਕਿੰਨੀ ਖੂਬਸੂਰਤ ਆ ਮੈਂ ਪਿੰਡ ਚ ਮੇਰੇ ਜਿੰਨੀ ਸੋਹਣੀ ਕੁੜੀ ਨਹੀਂ ਹੋਣੀ ਫਿਰ ਮੇਰੇ ਨਾਲ ਇਹ ਬੇਇਨਸਾਫੀ ਕਿਉਂ ਕਿਉਂ ਮੈਂ ਸੜਕਾਂ ਤੇ ਨੱਚਣ ਲਈ ਮਜਬੂਰ ਆ ਕਿਉਂ ਨਹੀਂ ਮੈਂ ਘਰ ਬਿਵਾ ਸਕਦੀ ਕਿਉਂ ਨਹੀਂ ਇਹ ਜੜਿਆਂ ਦੇ ਇਸ ਵਗ ਚੋਂ ਮੇਰਾ ਛੁਟਕਾਰਾ ਹੋ ਜਾਂਦਾ ਕਿਉਂ ਨਹੀਂ ਇਸ ਚੁਬਾਰੇ 'ਚੋਂ ਮੇਰੀ ਡੋੜੀ ਉੱਠਦੀ। ਉਹ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ। ਕ੍ਰਿਸ਼ਨਾ ਤੂੰ ਐਵੇਂ ਨਾ ਦਿਲ ਨੂੰ ਲਾਇਆ ਕਰ। ਜੋ ਵਿਯੋ ਮਾਤਾ ਨੇ ਲਿਖਤਾ ਭੋਗਣਾ ਪੈਣਾ। ਉਹਦੀ ਕੋਈ ਸਹੇਲੀ ਆਖਦੀ। ਮੈਂ ਵਿਯੋ ਮਾਤਾ ਦਾ ਕੀ ਵਿਗਾੜਿਆ ਸੀ? ਮੇਰੇ ਤੋਂ ਕਾਹਦੇ ਬਦਲੇ ਲਏ ਉਸਨੇ? ਕ੍ਰਿਸ਼ਨਾ ਠੰਡਾ ਹੋ ਕਾ ਪਰਦੀ। ਕਹਿੰਦੇ ਨੇ ਵਿਯੋ ਮਾਤਾ ਅੱਖਾਂ ਤੇ ਪੱਟੀ ਬੰਨ੍ਹ ਕੇ ਪੁੱਠੇ ਹੱਥਾਂ ਨਾਲ ਬੰਦੇ ਦੇ ਲੇਖ ਲਿਖਦੀ ਆ। ਤੇ ਉਹਨੂੰ ਨਹੀਂ ਪਤਾ ਹੁੰਦਾ ਕਿ ਬੰਦਾ ਸਰੂਪ ਹੈ ਜਾਂ ਕਰੂਪ ਇਹਦੇ 'ਚ ਉਹਦਾ ਕੋਈ ਦੋਸ਼ ਨਹੀਂ ਦੂਜੀ ਸਖੀ ਦਲੀਲ ਦਿੰਦੀ ਪਰ ਗੱਲ ਕ੍ਰਿਸ਼ਨਾਂ ਨੂੰ ਜੱਜ ਦੀ ਨਾ ਉਹ ਤਾਂ ਬਸ ਰਸਤੇ ਤੜਾਉਣ ਨੂੰ ਫਿਰਦੀ ਸੀ ਦੂਰ ਜਾਣਾ ਚਾਹੁੰਦੀ ਸੀ ਕਿਤੇ ਜਿੱਥੇ ਉਹ ਆਮ ਔਰਤਾਂ ਵਾਂਗੀ ਜ਼ਿੰਦਗੀ ਜੀ ਸਕੇ ਇਹ ਉਸਦੀ ਸੁੰਦਰਤਾ ਦਾ ਦੋਸ਼ ਸੀ ਜਾਂ ਉਸਦੀਆਂ ਮਨੋਭਾਵਨਾਵਾਂ ਕਿ ਉਹ ਆਪਣੇ ਆਪ ਨੂੰ ਹਿਜੜਿਆਂ ਦੇ ਇਸ ਗਰੁੱਪ ਵਿੱਚੋਂ ਨਹੀਂ ਸੀ ਸਮਝਦੀ ਜਿਵੇਂ ਉਸਨੂੰ ਜ਼ਬਰਦਸਤੀ ਇੱਥੇ ਬੰਨ ਕੇ ਰੱਖਿਆ ਗਿਆ ਸੀ ਉਸ ਗੁਨਾਹ ਦੀ ਸਜ਼ਾ ਭੁਗਤ ਰਹੀ ਸੀ ਉਹ ਜੋ ਉਸਨੇ ਕੀਤਾ ਨਹੀਂ ਸੀ ਨਾਲ ਵਾਲੇ ਪਿੰਡ ਵਿੱਚ ਪੰਡਤ ਨਰਾਤਾਰਾਮ ਦੇ ਘਰ ਪੋਤਾ ਹੋਇਆ ਤਾਂ ਉਹਨਾਂ ਨੇ ਕ੍ਰਿਸ਼ਨਾ ਨੂੰ ਖਾਸ ਸੱਦਾ ਭੇਜ ਕੇ ਬੁਲਾਇਆ ਬਹੁਤ ਵੱਡਾ ਜਸ਼ਨ ਕਰ ਰਿਆ ਸੀ ਪੰਡਤ ਜੀ ਭਾਵੇਂ ਚੌਥਾ ਪੋਤਾ ਹੋਇਆ ਸੀ ਉਹਨਾਂ ਦੇ ਘਰ ਪਰ ਮੁੰਡਾ ਹੋਣ ਦੀ ਖੁਸ਼ੀ 'ਚ ਉਹਨਾਂ ਨੇ ਪਹਿਲੇ ਪੋਤੇ ਨਾਲੋਂ ਵੀ ਵੱਧ ਖਰਚ ਕੀਤਾ ਸੀ ਤੰਬੂ ਲਗਵਾਏ ਹਲਵਾਈ ਬਿਠਾਏ ਤੇ ਮਠਿਆਈਆਂ ਦੀ ਮਹਿਕ ਨਾਲ ਚਾਰ ਸ਼ਫੇਰਾ ਭਰ ਗਿਆ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਤੇ ਪੰਡਤ ਜੀ ਨੇ ਵਿਆਹ ਵਰਗਾ ਇਕੱਠ ਕੀਤਾ ਕ੍ਰਿਸ਼ਨਾ ਆਪਣੀ ਟੋਲੀ ਸਮੇਤ ਦੁਪਹਿਰ ਢਲੇ ਪਹੁੰਚ ਗਈ ਨੀਲਾ ਰੇਸ਼ਮੀ ਸੂਟ ਸਤਾਰਿਆਂ ਵਾਲੀ ਚੁੰਨੀ ਤੇ ਕੱਚ ਦੇ ਗਹਿਣਿਆਂ ਨਾਲ ਭਰੀ ਉਹ ਅਸਮਾਨੋਂ ਉੱਤਰੀ ਕੋਈ ਅਪਸਰਾ ਲੱਗ ਰਹੀ ਸੀ ਉਹਦੇ ਘੰਗਰੂਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਮਹਿਮਾਨ ਭੱਜ ਕੇ ਬੇੜੇ 'ਚ ਆ ਗਏ ਕ੍ਰਿਸ਼ਨਾਂ ਦੇ ਸਾਥੀਆਂ ਨੇ ਚਾਹ ਪਾਣੀ ਪੀਤਾ ਤੇ ਰੱਜ ਕੇ ਮਠਿਆਈ ਖਾਧੀ ਪਰ ਕ੍ਰਿਸ਼ਨਾਂ ਮੂੰਚ ਇਲਾਚੀਆਂ ਪਾ ਕੇ ਆਈ ਸੀ ਤੇ ਹੁਣ ਉਹ ਠੰਡਾ ਖੱਟਾ ਖਾ ਕੇ ਆਪਣਾ ਗਲਾ ਖਰਾਬ ਨਹੀਂ ਸੀ ਕਰਨਾ ਚਾਹਦੀ ਲੋਕ ਵੱਡਾ ਪੰਡਾਲ ਬਣਾ ਕੇ ਬੈਠ ਗਏ ਢੋਲ ਕੀ ਤੇ ਥਾਪ ਪਈ ਤਾਂ ਕ੍ਰਿਸ਼ਨਾਂ ਨੇ ਲੰਮੀ ਹੇਕ ਛੱਡੀ ਤੇ ਉਹਦੀ ਸੁਰੀਲੀ ਆਵਾਜ਼ ਫਿਜ਼ਾ 'ਚ ਫੈਲ ਗਈ ਦਿਲਾਂ ਨੂੰ ਦਲੀਲਾਂ ਵਿੱਚ ਪਾ ਗਿਆ ਹਾਏ ਮੇਰੀ ਚੁੰਨੀ ਦਾ ਪੱਲਾ ਰਾਜਾਂ ਦੇ ਰਾਈਆਂ ਨੂੰ ਤੜਫਾ ਗਿਆ 하이 ਮੇਰੀ ਚੁੰਨੀ ਦਾ ਪੱਲਾ ਲੋਕਾਂ ਤੇ ਜਾਦੂ ਢੋੜਿਆ ਗਿਆ ਉਹ ਜਿਵੇਂ ਇੰਦਰ ਦੇ ਦਰਬਾਰ ਵਿੱਚ ਜਾ ਪੁੱਜੇ ਮੰਤਰਮੁਗਧ ਕਿਸੇ ਸੁਪਨੇਲੀ ਦੁਨੀਆ ਚ ਖੋ ਗਏ ਉਹ ਕ੍ਰਿਸ਼ਨ ਦਾ ਲਚਕਦਾਰ ਸਰੀਰ ਕਈ ਵਲ ਖਾਂਦਾ ਤੇ ਉਹ ਲੱਕ ਨੂੰ ਵਾਰ-ਵਾਰ ਮਰੋੜਾ ਦਿੰਦੀ ਉਸ ਦੇ ਸਾਥੀ ਉਸ ਦੇ ਪਿੱਛੇ-ਪਿੱਛੇ ਬੋਲ ਚੁੱਕਦੇ ਤਿੰਨ ਘੰਟੇ ਕ੍ਰਿਸ਼ਨਾ ਨੱਚਦੀ ਰਹੀ ਤੇ ਲੋਕ ਜਿਵੇਂ ਕਿਸੇ ਟੂਨੇ ਦੇ ਅਸਰ ਥੱਲੇ ਬੈਠੇ ਰਹੇ ਕੋਈ ਨਹੀਂ ਕੁਸ ਗਿਆ ਰਾਤ ਉਤਰਾਈ ਸੀ ਗੈਸ ਦੀਆਂ ਵੱਡੀਆਂ-ਵੱਡੀਆਂ ਲਾਲਟਾਂ ਜਗ ਪਈਆਂ ਸਨ। ਕ੍ਰਿਸ਼ਨਾ ਮੁੜ ਕੋ ਮੁੜਕੀ ਹੋ ਗਈ ਸੀ ਪਰ ਲੋਕਾਂ ਦਾ ਦਿਲ ਨਹੀਂ ਸੀ ਭਰਿਆ। ਚੱਲ ਬੱਸ ਕਰ ਕ੍ਰਿਸ਼ਨਾ ਰਾਤ ਹੋ ਚੱਲੀ ਏ। ਉਸ ਦੇ ਕਿਸੇ ਸਾਥੀ ਨੇ ਉਸ ਦੇ ਕੰਨਾਂ ਚਾਕੇ ਕਿਆ। ਕ੍ਰਿਸ਼ਨਾ ਨੇ ਆਖਰੀ ਅੱਡੀ ਮਾਰੀ ਤੇ ਇੱਕ ਪਾਸੇ ਪਏ ਮੰਜੇ ਤੇ ਉਜਾ ਬੈਠੀ। ਲੋਕ ਜਿਵੇਂ ਨੀਂਦ ਚੋਂ ਜਾਗੇ ਕੋਈ ਜਾਦੂ ਟੁੱਟਿਆ ਤੇ ਉਹਨਾਂ ਨੂੰ ਹੋਸ਼ ਆਈ। ਹੋਰ ਕ੍ਰਿਸ਼ਨਾ ਹੋਰ ਇੱਕ ਵਾਰੀ ਹੋਰ ਚਾਰੇ ਪਾਸਿਓਂ ਆਵਾਜ਼ਾਂ ਆਈਆਂ। ਕ੍ਰਿਸ਼ਨ ਨੇ ਨਾਚ ਕਰਦਨ ਹਿਲਾਈ ਤੇ ਆਪਣੀ ਸੱਪ ਵਰਗੀ ਮੋਟੀ ਗੁੱਤ ਨਾਲ ਗਰਦਨ ਨੂੰ ਹਵਾ ਦਿੱਤੀ ਲੋਕ ਵਾਰ-ਵਾਰ ਫਰਮਾਇਸ਼ ਪਾ ਰਹੇ ਸਨ ਪਰ ਕ੍ਰਿਸ਼ਨਾ ਹੁਣ ਓਖੜ ਗਈ ਸੀ ਮੁੰਡਾ ਲੈ ਕੇ ਆਵੋ ਵੇਲ ਵਧਾਵਾ ਉਹਨੇ ਪੰਡਤ ਜੀ ਨੂੰ ਕਿਹਾ ਕ੍ਰਿਸ਼ਨਾ ਥੋੜਾ ਜਿਆ ਹੋਰ ਨੱਚ ਦੇ ਮੈਂ ਤੇਰਾ ਹੱਕ ਨਹੀਂ ਰੱਖਦਾ ਪੰਡਤ ਜੀ ਬਹੁਤ ਖੁਸ਼ ਸਨ ਨਹੀਂ ਪੰਡਤ ਜੀ ਮੈਂ ਥੱਕ ਗਈ ਹੁਣ ਉਹਨੇ ਨਾ ਵਿੱਚ ਕਈ ਵਾਰੀ ਹੱਥ ਹਿਲਾਇਆ ਅਚਾਨਕ ਪੰਡਤ ਜੀ ਦਾ ਮੁੰਡਾ ਨਾਮਦੇਵ ਸ਼ਰਾਬ ਦੇ ਨਸ਼ੇ 'ਚ ਗੁੱਟ ਪੰਡਾਲ ਵਿੱਚ ਆਤਮਕਿਆ ਤੇ ਆਪਣੇ ਪਿਓ ਨੂੰ ਪਿੱਛੇ ਹਟਾਉਂਦਾ ਹੋਇਆ ਖੁਦ ਗੱਲ ਕਰਨ ਲਈ ਉਹ ਮੂਰੇ ਆ ਗਿਆ। ਨੀ ਕੰਜਰੀ ਬਹੁਤ ਸੋਹਣਾ ਨੱਚਦੀ ਐ ਤੂੰ। ਇੱਕ ਗਾਣਾ ਹੋਰ ਸੁਣਾ ਦੇ। ਉਹ ਨਸ਼ੇ ਦੀ ਲੋਰ ਵਿੱਚ ਬੋਲਿਆ। ਉੱਲੂ ਦਾ ਪੱਠਾ ਕਿਵੇਂ ਭੌਂਕਦਾ ਹੈ? ਪੰਡਤ ਜੀ ਉਸਨੂੰ ਭੱਜ ਕੇ ਪਾਏ। ਗੁੱਸਾ ਨਾ ਮੰਨੀ ਕ੍ਰਿਸ਼ਨਾ। ਉਹਨਾਂ ਇੱਕ ਤਰ੍ਹਾਂ ਨਾਲ ਕ੍ਰਿਸ਼ਨਾ ਤੋਂ ਮਾਫੀ ਮੰਗੀ। ਇਹ ਕੰਜਰੀ ਐ ਬੜਾ ਸੋਹਣਾ ਨੱਚੀ ਐ। ਹੈ ਨਾ ਕੰਜਰੀਏ ਨਾਮਦੇਵ ਤੇ ਪਿਓ ਦੀ ਛਿੜਕ ਦਾ ਕੋਈ ਅਸਰ ਨਹੀਂ ਹੋਇਆ ਸੀ ਨਾਵੇਂ ਚੰਦਰਿਆ ਹਿਜੜਿਆਂ ਨੂੰ ਨਹੀਂ ਕੁਝ ਕਹੀਦਾ ਪਾਪ ਲੱਗੂ ਤੈਨੂੰ ਇਹ ਤਾਂ ਸਾਡੇ ਘਰਾਂ ਦੀ ਸੁੱਖ ਮੰਗਦੇ ਨੇ ਰੱਬ ਇਹਨਾਂ ਨੂੰ ਰੋਜ਼-ਰੋਜ਼ ਬੁਲਾਵੇ ਕੰਜਰੀਆਂ ਹੋਰ ਹੁੰਦੀਆਂ ਨੇ ਕਿਸੇ ਸਿਆਣੀ ਬੁੜੀ ਨੇ ਆ ਕੇ ਨਾਮਦੇਵ ਨੂੰ ਪੰਡਾਲ ਵਿੱਚੋਂ ਬਾਹਰ ਲਿਜਾਣਾ ਚਾਹਿਆ ਤੂੰ ਹਟ ਜਾ ਪੂਆ ਹਟਾ ਕਟਾ 6 ਫੁੱਟ ਪਰ ਜਵਾਨ ਨਾਮਦੇਵ ਕਿੱਥੋਂ ਸੰਭਲਦਾ ਸੀ ਬੁੜੀ ਤੀਵੀ ਤੋਂ ਉਹ ਫੇਰ ਕ੍ਰਿਸ਼ਨਾਂ ਦੇ ਕੋਲ ਆ ਗਿਆ ਕ੍ਰਿਸ਼ਨਾਂ ਡੋਰਪੌਰ ਜੀ ਹੋਈ ਇਹ ਤਮਾਸ਼ਾ ਦੇਖ ਰਹੀ ਸੀ ਕਦੇ ਪਹਿਲਾਂ ਇਹੋ ਜੀ ਘਟਨਾ ਨਹੀਂ ਹੋਈ ਸੀ ਉਹ ਲੋਕਾਂ ਦੇ ਘਰ ਨੱਚਣ ਜਾਂਦੀ ਤੀਵੀਆਂ ਨਾਲ ਉਹ ਲੜਦੀ ਝਗੜਦੀ ਤੇ ਹਾਸਾ ਠੱਠਾ ਕਰਦੀ ਪਰ ਮਰਦਾਂ ਨਾਲ ਉਹਦਾ ਕਦੇ ਇਸ ਤਰ੍ਹਾਂ ਵਾਹ ਨਹੀਂ ਪਿਆ ਸੀ ਤੇ ਆਮ ਮਰਦ ਉਸ ਦਾ ਨਾਚ ਤਾਂ ਜ਼ਰੂਰ ਦੇਖਦੇ ਪਰ ਉਸ ਨਾਲ ਗੱਲਬਾਤ ਨਹੀਂ ਸੀ ਕਰਦੇ ਪਰ ਅੱਜ ਅਜੀਬ ਗੱਲ ਹੋਈ ਉਸ ਨੂੰ ਸਮਝ ਨਾ ਆਈ ਕਿ ਕੀ ਕਰੇ ਨੀ ਕੰਜਰੀਏ ਨੱਚੇਗੀ ਨਾਮਦੇਵ ਫੇਰ ਅੜੀ ਤੇ ਆ ਗਿਆ ਮੇਰੇ ਪੈਰ ਛੱਲ ਤੇ ਪਿੱਤਲ ਦੇ ਘੁੰਗਰੂਆਂ ਨੇ ਹੁਣ ਹੋਰ ਨਹੀਂ ਨੱਚਿਆ ਜਾਣਾ ਕ੍ਰਿਸ਼ਨਾ ਨੇ ਬਹਾਨਾ ਬਣਾਇਆ ਜੇ ਚਾਂਦੀ ਦੀਆਂ ਝਾਂਜਰਾਂ ਲਿਆ ਦਿਆਂ ਫੇਰ ਨੱਚੇਗੀ ਨਾਮਦੇਵ ਕ੍ਰਿਸ਼ਨਾ ਦੀ ਆਵਾਜ਼ ਸੁਣ ਕੇ ਖੁਸ਼ ਹੋ ਗਿਆ ਆਹੋ ਕ੍ਰਿਸ਼ਨਾ ਨੂੰ ਜਿਵੇਂ ਯਕੀਨ ਨਾ ਆਇਆ ਸੌਖਾ ਨਾਮਦੇਵ ਨੇ ਵਚਨ ਮੰਗਿਆ ਤੇਰੀ ਸੌ ਸਾਰੀ ਰਾਤ ਨੱਚੂੰ ਚਾਂਦੀ ਦੀਆਂ ਝਾਂਜਰਾਂ ਸੁਣ ਕੇ ਜਿਵੇਂ ਕ੍ਰਿਸ਼ਨਾ ਹਵਾ 'ਚ ਤੈਰਨ ਲੱਗੇ। ਚੰਗਾ ਬੈਠ ਫੇਰ ਮੈਂ ਹੁਣੇ ਆਇਆ। ਆਖ ਕੇ ਡਿੱਕੇ ਡੋਲੇ ਖਾਂ ਦਾ ਨਾਮਦੇਵ ਪੰਡਾਲ 'ਚੋਂ ਬਾਹਰ ਚਲਾ ਗਿਆ। ਸਾਰੇ ਪਾਸੇ ਹਾਸੜ ਪੈ ਗਈ। ਲੋਕਾਂ ਨੇ ਤਾੜੀਆਂ ਮਾਰੀਆਂ ਤੇ ਹੋ ਹੋ ਕੀਤੀ। ਨਾਮਦੇਵ ਨੇ ਸ਼ਰਾਬ ਦੀ ਬੰਦ ਦੁਕਾਨ ਜਾ ਖੁਲਵਾਈ। ਅੱਧ ਸੇਰ ਚਾਂਦੀ ਦੀਆਂ ਘੁੰਗਰੂਆਂ ਵਾਲੀਆਂ ਪੰਜੇਬਾਂ ਖਰੀਦੀਆਂ ਤੇ ਲਾਲ ਗੁਥਲੀ ਵਿੱਚ ਪਾ ਕੇ ਉਹ ਲੈ ਆਇਆ। ਲੋਕਾਂ ਨੂੰ ਯਕੀਨ ਨਾ ਆਇਆ। ਪਰ ਸੇਠਾਂ ਦੇ ਚੌਂਚਲੇ ਨੇ ਪੁੱਤ ਜੰਮਿਆ ਉਹ ਵੀ ਚੌਥਾ ਚਾਂਦੀ ਛੱਡ ਸੋਨਾ ਵੰਡ ਦੇਣ ਕ੍ਰਿਸ਼ਨਾ ਜੋ ਥੱਕ ਕੇ ਮੰਜੇ ਤੇ ਅੱਧ ਲੰਮੀ ਪੈ ਗਈ ਸੀ ਨਾਮਦੇਵ ਦੇ ਹੱਥ 'ਚ ਲਾਲ ਗੁਥਲੀ ਦੇਖ ਕੇ ਉੱਠ ਬੈਠੀ ਆ ਲੈ ਕੰਜਰੀਏ ਤੇਰੀਆਂ ਚਾਂਦੀ ਦੀਆਂ ਚਾਂਜਰਾਂ ਤੇ ਸਾਰੀ ਰਾਤ ਨੱਚ ਨਾਮਦੇਵ ਨੇ थैਲੀ ਹਿਲਾ ਕੇ ਘੁੰਗਰੂ ਛਣਕਾਏ ਆ ਜਾ ਪੰਡਤਾ ਜੇ ਲੈ ਕੇ ਆਇਆ ਹੈ ਤਾਂ ਫਿਰ ਪੈਰਾਂ 'ਚ ਵੀ ਪਾ ਦੇ ਕ੍ਰਿਸ਼ਨਾ ਵੀ ਮਚ ਲ ਗਈ ਤੇ ਆਪਣੇ ਪੈਰ ਉਸਨੇ ਨਾਮਦੇਵ ਦੇ ਮੂਰੇ ਕਰ ਦਿੱਤੇ ਲੈ ਪਾ ਦਿਨਾ ਆ ਕੇ ਉਹ ਪੁੰਜੇ ਜ਼ਮੀਨ ਤੇ ਬੈਠ ਗਿਆ ਕ੍ਰਿਸ਼ਨ ਦੇ ਪੈਰ ਆਪਣੀ ਗੋਦ ਵਿੱਚ ਰੱਖ ਲਏ ਉਸਨੇ ਉਸਦੇ ਪੈਰਾਂ ਚ ਪਈਆਂ ਪਿੱਤਲ ਦੇ ਘੁੰਗਰੂਆਂ ਦੀਆਂ ਡੋਰੀਆਂ ਖੋਲੀਆਂ ਕ੍ਰਿਸ਼ਨ ਦੇ ਪੈਰ ਸੱਚੀ ਮੁੱਚੀ ਛੱਲੇ ਪੈ ਸਨ ਚਾਂਦੀ ਦੀਆਂ ਚਾਂਜਰਾਂ ਆਪਣੇ ਹੱਥਾਂ ਨਾਲ ਕ੍ਰਿਸ਼ਨ ਦੇ ਚਿੱਟੇ ਕਬੂਤਰਾਂ ਵਰਗੇ ਪੈਰਾਂ ਵਿੱਚ ਪਾ ਦਿੱਤੀਆਂ ਨਾਮਦੇਵ ਨੇ ਪਤਾ ਨਹੀਂ ਇਹ ਕ੍ਰਿਸ਼ਨ ਦੇ ਪੈਰਾਂ ਦੀ ਸੁੰਦਰਤਾ ਸੀ ਜਾਂ ਚਾਂਦੀ ਦੀਆਂ ਚਾਂਚਰਾਂ ਦੀ ਚਮਕ ਕਿ ਹਨੇਰੇ ਵਿੱਚ ਇੱਕ ਬਿਜਲੀ ਜਿਹੀ ਚਮਕੀ ਤੇ ਨਾਮਦੇਵ ਦੀਆਂ ਅੱਖਾਂ ਚੁੰਧ ਆ ਗਈਆਂ ਹਾਏ ਕਿੰਨੇ ਸੋਹਣੇ ਪੈਰ ਤੇ ਕਿੰਨੇ ਛਾਲੇ ਉਹਨੇ ਕ੍ਰਿਸ਼ਨਾਂ ਦੇ ਪੈਰ ਚੁੰਮ ਲੈ ਇੱਕ ਵਾਰ ਨਹੀਂ ਕਈ ਵਾਰ ਲੋਕ ਉੱਚੀ ਉੱਚੀ ਉਸ ਦੀਆਂ ਛਰਾਬੀ ਹਰਕਤਾਂ ਤੇ ਹੱਸ ਰਹੇ ਸਨ ਪਰ ਕ੍ਰਿਸ਼ਨਾਂ ਜਿਵੇਂ ਜੜ ਹੋ ਗਈ ਦੇ ਬੇਜਾਨ ਹੋ ਗਈ ਉਸ ਦੀ ਚੱਲ ਉੱਠ ਨੱਚ ਹੁਣ ਨਾਮਦੇਵ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਢੋਲ ਕੀ ਛੇਣੇ ਖੜ ਕੇ ਤੇ ਕ੍ਰਿਸ਼ਨ ਦਾ ਸਰੀਰ ਹਵਾ ਚ ਲਹਿਰਾਇਆ ਅੱਗ ਲੱਗ ਜੇ ਜਵਾਨੀ ਨੂੰ ਕਿ ਅੱਧੀ ਰਾਤੀ ਨੈ ਤਰਦੀ ਉਸ ਦੇ ਬੋਲ ਕੰਮ ਰਹੇ ਸੰ ਹੁਣ ਉਹ ਇਕੱਲੀ ਨਹੀਂ ਨੱਚ ਰਹੀ ਸੀ ਨਾਮਦੇਵ ਸ਼ਰਾਬੀ ਹੋਇਆ ਉਸ ਦੇ ਨਾਲ ਝੂਮ ਰਿਹਾ ਸੀ ਤੇ ਕ੍ਰਿਸ਼ਨ ਜਿਵੇਂ ਸੁਪੇਰੇ ਦੇ ਵਸ ਹੋਈ ਨਾਗਨ ਵਾਂਗ ਉਸ ਦੇ ਚੁਫੇਰੇ ਚੱਕਰ ਕੱਟ ਰਹੀ ਸੀ ਨਾਮਦੇਵ ਨੇ ਅੱਗੇ ਵਧ ਕੇ ਉਸ ਦਾ ਹੱਥ ਫੜਿਆ ਤੇ ਦੂਜਾ ਹੱਥ ਉਸ ਦੇ ਲੱਕ ਦਵਾਲੇ ਕੱਸ ਲਿਆ ਦੋਵੇਂ ਤਾਲ ਵਿੱਚ ਨੱਚ ਰਹੇ ਸਨ ਦੁਨੀਆ ਤੋਂ ਬੇਖਬਰ ਸਾਜ਼ ਵੱਜ ਰਹੇ ਸਨ ਕ੍ਰਿਸ਼ਨ ਅਤੇ ਨਾਮਦੇਵ ਇੱਕ ਦੂਜੇ ਵਿੱਚ ਗੁੰਮ ਸਨ ਕ੍ਰਿਸ਼ਨ ਜੋ ਗਾਲ ਤੋਂ ਬਗੈਰ ਗੱਲ ਨਹੀਂ ਸੀ ਕਰਦੀ ਨਾਮਦੇਵ ਦੀਆਂ ਬਾਹਾਂ 'ਚ ਜਾ ਕੇ ਕਿਸੇ ਸੱਜ ਵਿਆਈ ਨਾਰ ਵਾਂਗ ਛੂਈ ਮੂਈ ਹੋ ਗਈ ਉਹ ਖਾਮੋਸ਼ ਹੋ ਗਈ ਗਾ ਨਹੀਂ ਰਹੀ ਸੀ ਸਿਰਫ ਨੱਚ ਰਹੀ ਸੀ ਆਵਾਜ਼ ਆ ਰਹੀ ਸੀ ਤਾਂ ਉਸ ਦੇ ਦਿਲ ਦੀ ਜਾਂ ਪੈਰਾਂ ਚ ਪਈਆਂ ਚਾਂਦੀ ਦੀਆਂ ਝਾਂਜਰਾਂ ਦੀ ਰਾਤ ਦਾ ਤੀਜਾ ਪਹਿਰ ਬੀਤ ਗਿਆ ਸਜਿੰਦੇ ਥੱਕ ਗਏ ਤੇ ਨਾਲ ਹੀ ਥੱਕ ਗਈ ਰਾਤ ਲੋਕ ਅੱਧ ਸੁੱਤੇ ਉੱਠੇ ਤੇ ਵਾਹ ਵਾ ਕਰਦੇ ਘਰਾਂ ਨੂੰ ਚਲੇ ਗਏ ਜੇ ਨਹੀਂ ਥੱਕੀ ਸੀ ਤਾਂ ਕ੍ਰਿਸ਼ਨ ਜੇ ਨਹੀਂ ਰੱਜਿਆ ਸੀ ਤਾਂ ਨਾਮਦੇਵ ਕ੍ਰਿਸ਼ਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਫੜ ਫੜ ਕੇ ਨੱਚਣ ਤੋਂ ਰੋਕਿਆ ਕ੍ਰਿਸ਼ਨ ਪੈਸਿਆਂ ਤੇ ਸੋਮਾਨ ਦੀ ਪੰਡ ਬਨ ਕੇ ਆਪਣੇ ਪਿੰਡ ਮੁੜੀ ਪਰ ਜਿਵੇਂ ਕੁਝ ਲਟਾ ਆਈ ਸੀ ਉਹ ਆ ਕੇ ਕਈ ਦਿਨ ਉਦਾਸ ਰਹੀ ਕਈ ਦਿਨ ਕਿਸੇ ਦੇ ਘਰ ਨੱਚਣ ਵੀ ਨਾ ਗਈ ਉਸ ਦੇ ਨਾਲ ਦੇ ਰੌਲਾ ਪਾਉਂਦੇ ਤਾਂ ਉਹਨੂੰ ਚੰਗਾ ਨਾ ਲੱਗਦਾ ਚੁੱਪ ਚਾਪ ਚੁਬਾਰੇ 'ਚ ਪਈ ਰਹਿੰਦੀ ਕਈ ਦਿਨਾਂ ਬਾਅਦ ਨਾਮਦੇਵ ਦੇ ਪਿੰਡ ਕਿਸੇ ਵਿਆਹ ਵਾਲੇ ਘਰੋਂ ਸੁਨੇਹਾ ਆਇਆ ਤਾਂ ਉਹ ਖੁਸ਼ੀ ਵਿੱਚ ਬੋਰੀ ਹੋ ਗਈ ਨਵਾਂ ਸੂਟ ਸਲਵਾਇਆ ਨਮੀਆਂ ਜੁੱਤੀਆਂ ਇਹ ਨਵੇਂ ਨਕਲੀ ਘੇਣੇ ਖਰੀਦੇ ਉਸਨੇ ਉਸ ਨੂੰ ਉਮੀਦ ਨਹੀਂ ਸੀ ਕਿ ਨਾਮਦੇਵ ਕਦੀ ਉਸ ਨੂੰ ਮਿਲੇਗਾ ਪਰ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਸੱਦਰ ਸੀ ਕਿ ਕਾਸ਼ ਉਹ ਮੈਨੂੰ ਇੱਕ ਵਾਰੀ ਹੋਰ ਦੇਖੇ ਕ੍ਰਿਸ਼ਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਨਾਮਦੇਵ ਨੂੰ ਉਸਦੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ ਤੇ ਉਹ ਪਹਿਲਾਂ ਹੀ ਉੱਥੇ ਮੌਜੂਦ ਸੀ ਨਾਮਦੇਵ ਨੂੰ ਦੇਖ ਕੇ ਕ੍ਰਿਸ਼ਨਾਂ ਤੋਂ ਖੁਸ਼ੀ ਛਪਾਣੀ ਮੁਸ਼ਕਲ ਹੋ ਗਈ ਮੈਂ ਸਿਰਫ਼ ਤੇਰਾ ਨਾਚ ਦੇਖਣ ਆਇਆ ਕ੍ਰਿਸ਼ਨਾਂ ਨਾਮਦੇਵ ਨੇ ਸਰਦ ਆਵਾਜ਼ ਵਿੱਚ ਕਿਹਾ ਅੱਜ ਉਹਨੇ ਸ਼ਰਾਬ ਨਹੀਂ ਸੀ ਪੀਤੀ ਹੋਈ ਤੇ ਮੈਂ ਸਿਰਫ ਤੈਨੂੰ ਦੇਖਣ ਆਈ ਆਂ ਦੇਵ ਕ੍ਰਿਸ਼ਨਾ ਸ਼ਰਮ ਨਾਲ ਦੂਰੀ ਹੋ ਗਈ ਦੋਵੇਂ ਕਿਸੇ ਸਾਂਝੀ ਅੱਗ ਵਿੱਚ ਮਚ ਰਹੇ ਸਨ ਦੋਹਾਂ ਦੇ ਦਿਲ ਇੱਕੋ ਸੁਰ ਤੇ ਧੜਕ ਰਹੇ ਸਨ ਦੋਹਾਂ ਦੀਆਂ ਅੱਖਾਂ ਨੇ ਕੋਈ ਸੌਦਾ ਕੀਤਾ ਤੇ ਦਿਲ ਬਦਲੇ ਗਏ ਦੋਹਾਂ ਦੇ ਮਨਾਂ ਅੰਦਰ ਪ੍ਰੇਮ ਦੀ ਕੋਈ ਜੋਤ ਜਗੀ ਜਿਸ ਦੀ ਰੌਸ਼ਨੀ ਨਾਲ ਦੋਹਾਂ ਦੇ ਅੰਦਰ ਰੋਸ਼ਨ ਹੋ ਗਏ ਲੋਕ ਸ਼ੋਰ ਸ਼ਰਾਬੇ ਚ ਘੁੰਮ ਸਨ। ਕ੍ਰਿਸ਼ਨਾਂ ਦੇ ਸਾਥੀ ਆਪਸ ਵਿੱਚ ਬੈਠੇ ਸਿਗਰਟਾਂ ਪੀ ਰਹੇ ਸਨ। ਕਿਸੇ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ। ਭਲਾ ਹਿਜੜੇ ਤੇ ਕੌਣ ਸ਼ੱਕ ਕਰੇ? ਅੱਧਾ ਮਰਦ ਤੇ ਅੱਧੀ ਔਰਤ ਦੋਵੇਂ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ ਤੇ ਫੇਰ ਮੈਣੇ ਦਾ ਵਾਅਦਾ ਕੀਤਾ। ਕ੍ਰਿਸ਼ਨਾਂ ਦਾ ਪੈਰ ਧਰਤੀ ਤੇ ਨਹੀਂ ਪੈ ਰਿਹਾ ਸੀ, ਉਹ ਖੂਬ ਨੱਚੀ। ਦਿਲ ਖੋਲ ਕੇ ਪ੍ਰੇਮ ਗੀਤ ਗਾਏ ਉਸਨੇ। ਉਸ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਅੱਧੀ ਰਾਤ ਤੱਕ ਨੱਚਦੀ ਉਹ ਆਪਣੇ ਹਾਵਾ-ਪਾਵਾ ਨਾਲ ਨਾਮਦੇਵ ਦਾ ਮਨ ਪਰਚਾਉਂਦੀ ਰਹੀ। ਫੇਰ ਇੱਕ ਦਿਨ ਨਾਮਦੇਵ ਉਸ ਦੇ ਚਵਾਰੇ 'ਚ ਉਸ ਨੂੰ ਮਿਲਣ ਆਇਆ। ਕ੍ਰਿਸ਼ਨਾ ਨੇ ਚਵਾਰਾ ਲਿਪਿਆ ਤੇ ਆਪਣੇ ਨਾਲ ਦੀਆਂ ਨੂੰ ਬਾਹਰ ਕੱਢ ਦਿੱਤਾ ਕਿ ਆਪਣੇ ਪੈਰਾਂ ਨਾਲ ਅੰਦਰ ਗੰਦ ਨਾ ਲੈ ਕੇ ਆਉਣ। ਨਵਾਂ ਬਿਸਤਰ ਬਿਸ਼ਾਇਆ ਉਸਨੇ, ਹਾਰ ਸ਼ਿੰਗਾਰ ਕੀਤਾ ਤੇ ਨਾਮਦੇਵ ਦੇ ਖਾਣ ਲਈ ਮੇਵੇ ਲੈ ਕੇ ਆਈ ਉਹ। ਉਸ ਦੇ ਨਾਲ ਦੇ ਸਾਥੀ ਉਸ ਦਾ ਮਜ਼ਾਕ ਉਡਾਉਂਦੇ। ਪਰ ਕ੍ਰਿਸ਼ਨਾ ਨੂੰ ਕਿੱਥੇ ਪਰਵਾਹ ਸੀ ਕਿਸੇ ਦੀ ਉਹ ਪ੍ਰੇਮ دیਵਾਨੀ ਹੋਈ ਨਾਮਦੇਵ ਲਈ ਜਾਨ ਦੇਣ ਲਈ ਤਿਆਰ ਸੀ ਨਾਮਦੇਵ ਆਇਆ ਤੇ ਸਾਰਾ ਦਿਨ ਉਸ ਕੋਲ ਰਹਾ ਰਾਤ ਨੂੰ ਘਰ ਚਲਾ ਗਿਆ ਫੇਰ ਆਇਆ ਫੇਰ ਚਲਾ ਗਿਆ ਹੁਣ ਉਹ ਅਕਸਰ ਆਉਂਦਾ ਤੇ ਕਈ-ਕਈ ਘੰਟੇ ਉਸ ਕੋਲ ਪਿਆ ਰਹਿੰਦਾ ਨਾਮਦੇਵ ਕੋਲ ਹੁੰਦਾ ਤਾਂ ਕ੍ਰਿਸ਼ਨਾ ਕਿਸੇ ਦੀ ਪਰਵਾਹ ਨਾ ਕਰਦੀ ਵੱਡੇ ਤੋਂ ਵੱਡੇ ਘਰ ਉਹ ਨੱਚਣ ਵੀ ਨਾ ਜਾਂਦੀ ਦੂਜੇ ਹਿਜੜਿਆਂ ਨੂੰ ਲੋਕ ਕੁਝ ਦਿੰਦੇ ਨਾ। ਕ੍ਰਿਸ਼ਨਾਂ ਦੀਆਂ ਇਹਨਾਂ ਲਾਪਰਵਾਹੀਆਂ ਕਾਰਨ ਰੋਜ਼ਗਾਰ ਨੂੰ ੱਤਕਾ ਲੱਗਾ ਤੇ ਉਹਦੇ ਸਾਥੀ ਉਹਦੇ ਤੇ ਖਿਜਦੇ ਤੇ ਨਾਮਦੇਵ ਨੂੰ ਵੀ ਬੁਰਾ ਭਲਾ ਕਹਿੰਦੇ। ਰੌਲਾ ਨਾ ਪਾਓ ਮੇਰਾ ਆਦਮੀ ਸੁੱਤਾ ਪਿਆ ਅੰਦਰ। ਉਹ ਬਾਹਰ ਆ ਕੇ ਬਾਕੀਆਂ ਨੂੰ ਡਾਂਗ ਵਰਗੀ ਗਾਲ ਕੱਢੀ। ਸੁੱਤਾ ਪਿਆ ਤਾਂ ਪਿਆ ਰਹੇ ਤੂੰ ਵੀ ਨਾਲ ਹੀ ਸੌਂ ਜਾਨੀਏ। ਇਹਨੂੰ ਕਹਿ ਦੇ ਰੋਟੀ ਨਾਲ ਲੈ ਕੇ ਆਇਆ ਕਰੇ ਸਾਰੇ ਚੌਣੇ ਦੀ। ਦੂਜੀਆਂ ਕਹਿੰਦੀਆਂ ਮੇਰੀ ਖੁਸ਼ੀ ਤੁਹਾਡੇ ਤੋਂ ਜਰੀ ਨਹੀਂ ਜਾਂਦੀ ਤੁਹਾਡੇ ਸੱਪ ਲੜਦਾ ਤੁਸੀਂ ਵੀ ਲੱਭ ਲਓ ਕੋਈ ਮੈਂ ਨਹੀਂ ਨੱਚਦੀ ਜਾਓ ਕਰ ਲਓ ਕੀ ਕਰਦੀਆਂ ਹੋ ਤੁਸੀਂ ਉਹ ਦਗੜ ਦਗੜ ਕਰਦੀ ਪੌੜੀਆਂ ਚੜ ਜਾਂਦੀ ਇਸ਼ਕ ਦਾ ਜਾਦੂ ਸਿਰਫ ਕ੍ਰਿਸ਼ਨਾ ਤੇ ਹੀ ਨਹੀਂ ਸੀ ਚੱਲਿਆ ਨਾਮ ਦੇ ਵੀ ਇਸ ਨਸ਼ੇ ਵਿੱਚ ਚੂਰ ਸੀ ਉਹ ਵੀ ਕ੍ਰਿਸ਼ਨਾ ਦੇ ਰੂਪ ਜਾਲ ਵਿੱਚ ਐਸਾ ਫਸਿਆ ਕਿ ਦੋ ਜਹਾਨਾਂ ਨੂੰ ਭੁਲਾ ਬੈਠਾ ਉੱਚਾ ਲੰਮਾ ਗੋਰਾ ਚਿੱਟਾ ਨਾਮ ਦੇ ਰੰਗीन ਤਬੀਅਤ ਦਾ ਬੰਦਾ ਸੀ ਉਹਦੇ ਚੌੜੇ ਮੱਥੇ ਤੇ ਕੁੰਗਰਾਲੇ ਵਾਲਾਂ ਦੀ ਲਟ ਹਮੇਸ਼ਾ ਲਟਕਦੀ। ਇੱਕੱਲਾ ਪੁੱਤ ਸੀ ਮਾਪੇ ਦਾ। ਬਚਪਨ ਵਿੱਚ ਹੀ ਲਾੜ ਪਿਆਰ ਨੇ ਵਿਗਾੜ ਦਿੱਤਾ ਸੀ ਤੇ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ। ਹੌਲੀ-ਹੌਲੀ ਦੋਸਤਾਂ ਦੀ ਸੰਗਤ 'ਚ ਪਿੰਡੋਂ ਬਾਹਰ ਸ਼ਹਿਰ ਘੁੰਮਣ ਜਾਂਦਾ ਤੇ ਨਾਚੀਆਂ ਦੇ ਕੋਠਿਆਂ ਤੇ ਨਾਚ ਦੇਖਣ ਚਲਾ ਜਾਂਦਾ। ਪੈਸੇ ਦੀ ਕੋਈ ਕਮੀ ਨਹੀਂ। ਪਿਓ ਦੀ ਆੜਤ ਦੀ ਦੁਕਾਨ ਤੇ ਲక్ష్ਮੀ ਮੀਂਹ ਵਾਂਗ ਵਰਦੀ ਸੀ। ਮਾਪੇ ਬਲੋ ਮੇਲੀ ਖੋਲ ਨਾਲ ਉਸ ਤੇ ਕਦਮ ਬਹਿਕ ਗਏ ਤੇ ਉਹ ਬਾਪ ਨਾਲ ਕਾਰੋਬਾਰ ਵਿੱਚ ਹੱਥ ਬਟਾਉਣ ਦੀ بجائے ਜ਼ਿਆਦਾਤਰ ਸ਼ਹਿਰ ਹੀ ਰਹਿੰਦਾ ਤੇ ਰੰਗ ਰਲੀਆਂ ਮਨਾਉਂਦਾ ਪੁੱਤ ਦੇ ਹਾਲਾਤ ਦੇਖ ਕੇ ਪੰਡਤ ਨਰਾਤਾ RAM ਨੇ ਉਸ ਦਾ ਵਿਆਹ ਕਰਨ ਦੀ ਕੀਤੀ ਆਪਣੇ ਜਾਣ ਪਛਾਣ ਦੇ ਸ਼੍ਰੀ ਪਰਿਵਾਰ ਚੋਂ ਕੁੜੀ ਪਸੰਦ ਕਰਕੇ ਨਾਮਦੇਵ ਦਾ ਵਿਆਹ ਕਰ ਦਿੱਤਾ ਨਾਮਦੇਵ ਨੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਦੇਖੀ ਨਹੀਂ ਸੀ ਦੇਖ ਸਕਦਾ ਵੀ ਨਹੀਂ ਸੀ ਸਮਾਜ ਦਾ ਦਸਤੂਰ ਵੀ ਇਹੋ ਸੀ ਪਰ ਜਿਸ ਦਿਨ ਘਰ ਡੋਲੀ ਆਈ ਨਾਮਦੇਵ ਦੇ ਜਿਵੇਂ ਹੌਲ ਪੈ ਗਿਆ ਉਹਦੇ ਨਾਲੋਂ ਅੱਧੀ ਜਨਾਨੀ ਚਰਖੀ ਜਿੰਨੀ ਮੁਦਕਰ ਜਈ ਸਾਂਵਲਾ ਰੰਗ ਸ਼ਕਲ ਨਾ ਸੂਰਤ ਤੇ ਰੰਗ ਨਾ ਰੂਪ ਨਾਮਦੇਵ ਜਿਵੇਂ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜ਼ੀ ਹਾਰ ਗਿਆ ਸੀ ਪਿਓ ਤੋਂ ਡਰਦਾ ਮਾਰਿਆ ਉਹ ਬੋਲਿਆ ਤਾਂ ਕੁਝ ਨਾ ਪਰ ਤੀਮੀ ਉਹਦੇ ਮਨ ਨਾ ਲੱਗੇ ਉਸ ਦੀ ਔਰਤ ਦੇ ਮਨ ਵਿੱਚ ਵੀ ਗਹਿਰੀ ਹੀਣ ਭਾਵਨਾ ਸੀ ਆਦਮੀ ਸੂਰਜ ਵਰਗਾ ਸੋਹਣਾ ਹਨੇਰੇ ਵਿੱਚ ਬੈਠ ਜਾਵੇ ਤਾਂ ਚਾਨਣ ਕਰ ਦੇਵੇ ਤੇ ਉਹ ਵਿਚਾਰੀ ਆਮ ਸਧਾਰਨ ਨਾ ਹੋਇਆ ਵਰਗੀ ਬੱਚੇ ਪੈਦਾ ਕਰਨ ਤੋਂ ਬਾਅਦ ਤਾਂ ਉਸ ਦਾ ਸਰੀਰ ਹੋਰ ਵੀ ਥੁਲਥਲਾ ਹੋ ਗਿਆ ਸੀ ਉਹ ਸਾਰਾ ਦਿਨ ਚੁੰਨੀ ਨਾਲ ਮੂੰਹ ਸਰ ਟਕੀ ਰੱਖਦੀ ਇਥੋਂ ਤੱਕ ਕਿ ਨਾਮਦੇਵ ਤੋਂ ਵੀ ਕੁੰਡ ਕੱਢੀ ਰੱਖਦੀ ਨਾਮਦੇਵ ਨੇ ਵੀ ਉਸ ਨੂੰ ਕਦੇ ਕੁਝ ਨਹੀਂ ਕਿਹਾ ਦਿਨੇ ਉਸਨੇ ਕਦੇ ਆਪਣੀ ਔਰਤ ਨੂੰ ਨਾ ਬੁਲਾਇਆ ਰਾਤ ਨੂੰ ਸ਼ਰਾਬ ਦੇ ਨਸ਼ੇ 'ਚ ਉਹ ਹਮੇਸ਼ਾ ਗੁੱਟ ਰਹਿੰਦਾ ਤੇ ਨਾਮਦੇਵ ਨੇ ਇਹ ਸਾਰੀ ਕਹਾਣੀ ਆਪਣੀ ਜ਼ੁਬਾਨੀ ਕ੍ਰਿਸ਼ਨਾ ਨੂੰ ਸੁਣਾਈ ਕ੍ਰਿਸ਼ਨਾ ਮੈਨੂੰ ਤਾਂ ਤੇਰੇ ਜਿੰਨੀ ਸੋਹਣੀ ਉੱਚੀ ਲੰਮੀ ਕੁੜੀ ਚਾਹੀਦੀ ਸੀ ਮੇਰੇ ਮਾਂ ਬਾਪ ਨੇ ਮੇਰੀ ਜਵਾਨੀ ਤਵਾ ਕਰਤੀ ਤੇ ਇਸੇ ਗਮ ਚ ਮੈਂ ਦਿਨ ਰਾਤ ਸ਼ਰਾਬ ਪੀ ਰਖਦਾ ਜੇ ਜੀਵਨ ਸਾਥੀ ਮਨ ਪਾਉਂਦਾ ਨਾ ਹੋਵੇ ਤਾਂ ਕਾਦੀ ਜ਼ਿੰਦਗੀ ਤੇਰੀ ਅਸਲ ਔਰਤ ਤਾਂ ਮੈਂ ਆ ਦੇਵ ਉਹ ਤਾਂ ਐਵੇਂ ਹੀ ਘਰੇ ਕੰਮ ਕਰਨ ਲਈ ਲਿਆਂਦੀ ਆ ਤੇਰੇ ਮਾਂ ਪਿਓ ਨੇ ਕ੍ਰਿਸ਼ਨਾ ਉਸਦੇ ਕੁੰਗਰਾਲੇ ਵਾਲਾਂ 'ਚ ਉਂਗਲੀਆਂ ਫਸਾਉਂਦੀ ਖੇਡਦੀ ਰਹਿੰਦੀ ਕਹਿੰਦੇ ਨੇ ਇਸ਼ਕ ਮੁਸ਼ਕਸ਼ੋ ਪਾਇਆ ਨਹੀਂ ਛੁਪਦੇ ਭਾਵੇਂ ਕ੍ਰਿਸ਼ਨਾ ਦਾ ਸਮਾਜ ਵਿੱਚ ਨਾਰੀ ਵਾਲਾ ਕੋਈ ਸਥਾਨ ਨਹੀਂ ਸੀ ਪਰ ਉਸਦੇ ਇਸ਼ਕ ਦੀ ਖਬਰ ਜੰਗਲ 'ਚ ਅੱਗ ਵਾਂਗ ਫੈਲ ਗਈ ਲੋਕ ਪੰਡਤ ਕੋਲ ਜਾ ਕੇ ਗੱਲਾਂ ਕਰਦੇ ਸਾਲੇ ਨੇ ਸਾਰੇ ਪਾਸੇ ਥੂ-ਥੂ ਕਰਵਾਤੀ ਮੇਰੀ ਪਾਗ ਰੋਲਤੀ ਮੇਰੀ ਮਿੱਟੀ 'ਚ ਕੰਜਰ ਕਿੱਥੋਂ ਜੰਮਿਆ ਸੀ ਇਹ ਨਰਾਤਾ ਰਾਮ ਸਾਰੇ ਪਿੰਡ ਮੂਰੇ ਪੁੱਤ ਨੂੰ ਗਾਲਾਂ ਕੱਢਦਾ ਪਰ ਨਾਮਦੇਵ ਤੇ ਕੋਈ ਅਸਰ ਨਹੀਂ ਸੀ ਨਾ ਉਹਦੀ ਸ਼ਰਾਬ ਘਟੀ ਤੇ ਨਾ ਹੀ ਉਹਦਾ ਕ੍ਰਿਸ਼ਨਾਂ ਦੇ ਕੋਲ ਜਾਣਾ ਘਟਿਆ ਕ੍ਰਿਸ਼ਨਾਂ ਵਿੱਚ ਵੀ ਅਜੀਬ ਪਰਿਵਰਤਨ ਆ ਗਏ ਸਨ ਹੁਣ ਉਹ ਪਹਿਲਾਂ ਵਾਂਗ ਗਾਲਾਂ ਨਹੀਂ ਕੱਢਦੀ ਸੀ ਬਲਕਿ ਤਮੀਜ਼ ਨਾਲ ਗੱਲ ਕਰਦੀ ਇਹ ਨਾਮਦੇਵ ਤੋਂ ਮਿਲੀ ਸਰੀਰਕ ਤ੍ਰਿਪਤੀ ਸੀ ਜਾਂ ਮਾਨਸਿਕ ਸੁੱਖ ਕਿ ਉਹਦਾ ਅਕੇਰਾ ਸਰੀਰ ਭਰਨਾ ਸ਼ੁਰੂ ਹੋ ਗਿਆ ਉਸਦੇ ਮੂੰਹ ਤੇ ਲਾਲੀਆਂ ਆ ਗਈਆਂ ਸਰੀਰ ਪਾਰਾ ਹੋਇਆ ਤਾਂ ਟਰੈਡ ਥੋੜਾ ਜਿਹਾ ਬਾਹਰ ਆ ਗਿਆ ਕਿਵੇਂ ਕ੍ਰਿਸ਼ਨਾ ਕੀਲ ਕੋ ਰੱਖਿਆ ਝੱਗੇ 'ਚ ਤੀਵੀਆਂ ਪਿੰਡ 'ਚ ਮਸ਼ਕਰੀਆਂ ਕਰਦੀਆਂ ਮੁੰਡਾ ਇਹ ਨਾਮਦੇਵ ਦਾ ਉਹ ਹੱਸ ਕੇ ਜਵਾਬ ਦਿੰਦੀ ਤੇ ਅੱਗੇ ਲੰਘ ਜਾਂਦੀ ਲੈ ਇਹ ਜੜਿਆਂ ਦੇ ਮੁੰਡੇ ਹੋਣ ਲੱਗੇ ਰੱਬ ਦੀ ਕੱਲ ਪੁੱਠੀ ਘੁੰਮ ਜੂ ਤੀਵੀਆਂ ਆਪਸ ਵਿੱਚ ਹੱਸਦੀਆਂ ਪਰ ਕ੍ਰਿਸ਼ਨਾ ਬਹੁਤ ਗੰਭੀਰ ਹੋ ਗਏ ਸੀ ਉਸ ਨੇ ਨੱਚਣਾ ਬੰਦ ਕਰ ਦਿੱਤਾ ਕਿਤੇ ਉੱਚੀ ਨੀਵੀਂ ਥਾਂ ਤੇ ਪੈਰ ਨਾ ਪੈ ਜਾਵੇ ਢੱਡ ਨੂੰ ਚੁੰਨੀ ਨਾਲ ਟਾਕੇ ਰੱਖਦੀ ਉਹ ਜਿਵੇਂ ਗਰਬਤੀ ਹੋਵੇ ਕਿਸੇ ਦੇ ਘਰ ਗਉਣ ਵਜਾਉਣ ਦਾ ਪ੍ਰੋਗਰਾਮ ਹੁੰਦਾ ਤਾਂ ਉਹ ਪੀੜੀ ਤੇ ਬੈਠ ਕੇ ਨਵੀਆਂ ਕੁੜੀਆਂ ਨੂੰ ਸਲਾਹਾਂ ਤੇ ਨਿਰਦੇਸ਼ਣ ਦਿੰਦੀ ਪਰ ਆਪ ਨਾ ਨੱਚਦੀ ਉਹਦੇ ਮੂਹ ਨੂੰ ਲੋਕਾਂ ਨੇ ਦੂਜਿਆਂ ਨੂੰ ਵੀ ਦਿਲ ਖੋਲ ਕੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਦੁਨੀਆ ਬਦਲ ਗਈ ਸੀ ਕ੍ਰਿਸ਼ਨਾਂ ਦੀ ਹੁਣ ਉਸ ਨੂੰ ਕਿਸਮਤ ਨਾਲ ਕੋਈ ਸ਼ਿਕਵਾ ਨਹੀਂ ਸੀ 2 ਸਾਲ ਬੀਤ ਗਏ ਕ੍ਰਿਸ਼ਨਾਂ ਦਾ ਢੱਡ ਵਧੇ ਨੂੰ ਪਰ ਉਸਦੇ ਜਣੇਪਾ ਨਾ ਹੋਇਆ ਪਰ ਆਸ ਉਸਨੇ ਫੇਰ ਵੀ ਨਾ ਛੱਡੀ ਕੋਈ ਨਹੀਂ ਕਦੇ ਤਾਂ ਰੱਬ ਬੜੂਗਾ ਉਸ ਨੂੰ ਆਪਣਾ ਵਧਿਆ ਹੋਇਆ ਟਰੈਡ ਬਹੁਤ ਚੰਗਾ ਲੱਗਦਾ ਸੀ ਉਸ ਦੇ ਸੰਪੂਰਨ ਔਰਤ ਹੋਣ ਦਾ ਸਬੂਤ ਜਿਆਦਾ ਸ਼ਰਾਬ ਪੀਣ ਨਾਲ ਨਾਮਦੇਵ ਦੇ ਗੁਰਦੇ ਖਰਾਬ ਹੋ ਗਏ ਤੇ ਉਹ மஞ்சੇ ਤੇ ਪੈ ਗਿਆ ਕਈ ਦਿਨ ਕ੍ਰਿਸ਼ਨਾ ਨੂੰ ਮਿਲਣ ਨਾ ਆਇਆ ਤਾਂ ਕ੍ਰਿਸ਼ਨਾ ਖੁਦ ਉਹਦੇ ਘਰ ਚਲੀ ਗਈ ਤੂੰ ਪੁੱਠੀ ਸਿੱਧੀ ਬਿਮਾਰੀ ਲਾਤੀ ਮੇਰੇ ਆਦਮੀ ਨੂੰ ਨਾਮਦੇਵ ਦੀ ਘਰ ਵਾਲੀ ਉਹਨੂੰ ਦੇਖ ਕੇ ਅੱਗ ਬਬੂਲਾ ਹੋ ਗਈ ਤੇਰਾ ਆਦਮੀ ਆਦਮੀ ਮੇਰਾ ਆਓ ਤੈਨੂੰ ਸਿਰਫ ਘਰ ਚ ਕੰਮ ਕਰਨ ਲਈ ਰੱਖਿਆ ਗੋਲੀਏ ਕ੍ਰਿਸ਼ਨਾ ਟਾਕਾਂ ਤੇ ਹੱਥ ਰੱਖ ਕੇ ਲੜਨ ਲਈ ਖੜੀ ਹੋ ਗਈ ਤੇਰਾ ਆਦਮੀ ਕਿੱਥੋਂ ਆ ਗਿਆ ਖੁਸਰੀਏ ਆਦਮੀ ਤੀਮੀਆਂ ਦੇ ਹੁੰਦੇ ਨੇ ਖੁਸਰੀਆਂ ਦੇ ਨਹੀਂ ਤੂੰ ਕਿਧਰੋਂ ਤੀਮੀ ਆ ਗਈ ਨਾਮਦੇਵ ਦੀ ਘਰ ਵਾਲੀ ਕਹਿੰਦੀ ਮੈਂ ਪੁੱਤ ਜੰਮੇ ਨੇ ਚਾਰ ਲਾਲਾਂ ਵਰਗੇ ਤੂੰ ਜਮ ਲਾਂਗੀ ਫੰਡਰੇ ਉਸਨੇ ਕ੍ਰਿਸ਼ਨਾਂ ਦੀ ਕੋਖ ਤੇ ਲਫਜ਼ਾਂ ਦੀ ਚੋਟ ਮਾਰੀ ਪੁੱਤ ਤਾਂ ਮੈਂ ਸੱਤ ਜੰਮ ਦਿੰਦੀ ਡਾਡੇ ਰੱਬ ਨੇ ਕਹਿਰ ਕਮਾਇਆ ਕਰਮਾਂ ਨੇ ਦਗਾ ਕੀਤਾ ਨਹੀਂ ਤੇਰੇ ਵਰਗੀ ਭੇਡ ਨੂੰ ਮੈਂ ਕੀ ਸਮਝਦੀ ਸੀ ਪੁੱਤਾਂ ਦਾ ਮਿਹਣਾ ਮਾਰਦੀ ਐ ਆਪਣੀ ਸ਼ਕਲ ਦੇਖ ਭੂਤਣੀਏ ਕਦੇ ਨਾਮਦੇਵ ਨੇ ਤੈਨੂੰ ਮੋਹੋ ਨਹੀਂ ਬੁਲਾਇਆ ਸ਼ਕਲਾਂ ਕੌਣ ਦੇਖਦਾ ਆਪਣੀਆਂ ਕਰਤੂਤਾਂ ਦੇਖ ਉਸ ਨੂੰ ਗੱਲ ਨਾ ਸੁਝੀ ਕਰਤੂਤ ਤਾਂ ਮੈਂ ਤੈਨੂੰ ਇਹੋ ਜੀ ਦਿਖਾਉਂਦੀ ਕਿ ਤੇਰੇ ਅਗਲੇ ਪਿਛਲੇ ਰੋਂਦੇ ਫਿਰਦੇ ਇਮੈਆ ਜਿਹਨੇ ਤੈਨੂੰ ਘਰੋਂ ਨਹੀਂ ਕਢਾਇਆ ਨਹੀਂ ਤਾਂ ਤੇਰੀ ਔਕਾਤ ਕੀ ਸੀ ਅੱਜ ਵੀ ਚਾਹਾਂ ਤਾਂ ਨਾਮਦੇਵ ਨੂੰ ਲੈ ਜਾ ਕੱਢ ਕੇ ਤੇ ਤੂੰ ਉਹਦੀ ਸ਼ਕਲ ਦੇਖਣ ਨੂੰ ਵੀ ਤਰਸੇ ਪਰ ਮੈਂ ਕਹਿੰਨੀ ਆ ਕਾਹਨੂੰ ਦਰਸੀ ਇਸ ਰਾਣੀਆ ਨਿੱਕੇ ਨਿੱਕੇ ਜਵਾਕਾਂ ਦੀ ਅੱਗੇ ਪਤਾ ਨਹੀਂ ਕਿਹੜੇ ਪਾਪਾਂ ਦੀ ਸਜ਼ਾ ਭੁਗਤਦੀ ਫਿਰਦੀਆਂ ਮੈਂ ਕ੍ਰਿਸ਼ਨਾਂ ਨੇ ਜਦੋਂ ਛਾਤੀ ਠੋਕ ਕੇ ਇਹ ਗੱਲ ਕਹੀ ਤਾਂ ਨਾਮਦੇਵ ਦੀ ਘਰਵਾਲੀ ਡਰ ਗਈ ਉਹ ਚੁੱਪ ਕਰਕੇ ਅੰਦਰ ਜਾ ਵੜੀ ਤੇ ਕ੍ਰਿਸ਼ਨ ਛਮ ਛਮ ਕਰਦੀ ਪੌੜੀਆਂ ਚੜ੍ਹ ਕੇ ਨਾਮਦੇਵ ਦੇ ਚੁਬਾਰੇ 'ਚ ਚਲੇ ਗਏ। ਨਾਮਦੇਵ ਸੁੱਕ ਕੇ ਤੀਲਾ ਹੋ ਗਿਆ ਸੀ। ਸ਼ਰਾਬ ਨੇ ਉਸ ਦਾ ਸਰੀਰ ਗਾਲ ਦਿੱਤਾ ਸੀ। ਡਾਕਟਰਾਂ ਨੇ ਸ਼ਰਾਬ ਬੰਦ ਕਰਨ ਲਈ ਖਾਸ ਹਦਾਇਤ ਦਿੱਤੀ ਸੀ ਕਿ ਜੇ ਪੀਣੀ ਨਾ ਛੱਡੀ ਤਾਂ ਉਹ ਬਹੁਤ ਥੋੜੀ ਦੇਰ ਜੀਵੇਗਾ। ਨਾਮਦੇਵ ਦੇ ਖੂਨ ਵਿੱਚ ਸ਼ਰਾਬ ਰਚ ਗਈ ਸੀ। ਨਾ ਪੀਂਦਾ ਤਾਂ ਮਰਦਾ ਸੀ, ਜੇ ਪੀਂਦਾ ਤਾਂ ਮਰਦਾ ਸੀ। ਘਰਦਿਆਂ ਤੋਂ ਚੋਰੀਓ ਉਹ ਇੱਕ ਅੱਧੀ ਵਾਰੀ ਪੀ ਆਇਆ ਸੀ ਤੇ ਹਾਲਾਤ ਬਿਗੜਦੀ ਚਲੀ ਗਈ ਹਸਪਤਾਲ ਭਰਤੀ ਹੋਣਾ ਪੈ ਗਿਆ ਸੀ ਉਸਨੂੰ ਕ੍ਰਿਸ਼ਨਾਂ ਨੂੰ ਪਤਾ ਲੱਗਾ ਤਾਂ ਉਹ ਹਸਪਤਾਲ 'ਚ ਮਗਰ ਹੀ ਆ ਗਈ ਡਾਕਟਰਾਂ ਦੇ ਪੈਰ ਫੜ ਲਏ ਉਸਨੇ ਜਿੰਨਾ ਮਰਜ਼ੀ ਖਰਚ ਹੋ ਜਾਏ ਇਹਨੂੰ ਠੀਕ ਕਰ ਦਿਓ ਆਪਣੇ ਨਾਚ ਗਾਣੇ ਨਾਲ ਕਮਾਇਆ ਧਨ ਤੇ ਟਮਸ਼ੱਲਾ ਵੇਚ ਕੇ ਪੈਸਿਆਂ ਦੀ ਪੋਟਲੀ ਉਹਨੇ ਡਾਕਟਰ ਨੂੰ ਆ ਫੜਾਈ ਪੈਸੇ ਦੀ ਕਮੀ ਤਾਂ ਪੰਡਤ ਨਰਾਤਾ ਰਾਮ ਨੇ ਵੀ ਨਾ ਆਉਣ ਦਿੱਤੀ ਪਰ ਨਾਮਦੇਵ ਦੀ ਵਦੀ ਨਹੀਂ ਸੀ ਕੁੰਡੀਆਂ ਉਲਟੀਆਂ ਲੱਗੀਆਂ ਉਸਨੂੰ ਤੇ ਕਈ ਦਿਨ ਬਿਸਤਰੇ ਤੇ ਅਡੀਆਂ ਰਗੜ ਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਪਿੰਡ 'ਚ ਕਹਰਾਮ ਮਚ ਗਿਆ ਜਵਾਨ ਮੌਤ ਕਿਸੇ ਦੇ ਘਰ 'ਚ ਚੁੱਲ੍ਹਾ ਨਾ ਬਲਿਆ ਕ੍ਰਿਸ਼ਨਾ ਰੋਂਦੀ ਪੱਟ ਦੀ ਨਾਮਦੇਵ ਦੀ ਲਾਸ਼ ਦੇ ਨਾਲ ਉਸਦੇ ਘਰ ਵਾਪਸ ਆ ਗਈ ਲੰਮੇ ਵਾਲ ਖੋਲ ਕੇ ਗੜ੍ਹ ਵਿੱਚ ਪਾ ਲੈ ਉਸਨੇ ਕਾਲਾ ਕਗੜਾ ਪਾ ਕੇ ਉਹ ਤੀਮੀਆਂ 'ਚ ਬਹਿ ਕੇ ਆਪਣਾ ਸਿਰ ਪਿੱਟਣ ਲੱਗੀ ਨਾਮਦੇਵ ਦੀ ਘਰਵਾਲੀ ਜੋ ਜੋ ਕਰ ਰਹੀ ਸੀ ਉਹ ਕ੍ਰਿਸ਼ਨਾ ਵੀ ਕਰਦੀ ਉਹ ਸਾਰੇ ਰਸਮ ਰਿਵਾਜ ਉਮੈਨੋ ਬਾ ਰਹੀ ਸੀ ਜਿਵੇਂ ਨਾਮਦੇਵ ਦੀ ਵਿਧਵਾ ਔਰਤ ਨਾਮਦੇਵ ਦੀ ਅਰਥੀ ਦੇ ਨਾਲ ਦੋ ਹੱਥੜਾ ਮਾਰਦੀ ਉਹ ਸਿਵਿਆਂ ਚ ਗਈ ਉੱਥੇ ਬਹਿ ਕੇ ਕੀਰਨੇ ਪਾਏ ਗਸ਼ੀਆਂ ਪਹਿਰੀਆਂ ਸੀ ਉਸ ਨੂੰ ਤੇ ਉਹ ਬਲਦੇ ਸਿਵੇ ਚ ਛਾਲ ਮਾਰਨ ਨੂੰ ਜ਼ੋਰ ਲਗਾ ਰਹੀ ਸੀ ਹਾਏ ਜਾਣ ਦਿਓ ਮੈਨੂੰ ਵੀ ਜਿੱਥੇ ਮੇਰਾ ਆਦਮੀ ਗਿਆ ਮੇਰਾ ਸਰਤਾਜ ਮੈਂ ਕੀ ਕਰਨਾ ਉਹਦੇ ਬਗੈਰ ਜੀਕੇ ਉਹ ਜ਼ਮੀਨ ਤੇ ਲੇਟ ਗਈ ਔਰਤਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਕਈ ਲੋਕ ਅੰਦਰੋਂ-ਅੰਦਰੀ ਹੱਸ ਰਹੇ ਸਨ ਉਸ ਦੀਆਂ ਕਰਤੂਤਾਂ ਤੇ ਅਤੇ ਕਈ ਉਸ ਦੇ ਦਰਦ ਦੀਆਂ ਗਹਿਰਾਈਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਰੋਂਦੀ ਕੁਰਲੋਂ ਦੀ ਕ੍ਰਿਸ਼ਨਾ ਨੂੰ ਦੋ ਬੰਦੇ ਫੜ ਕੇ ਘਰ ਲਿਆਏ ਨਾਮਦੇਵ ਦੀ ਘਰਵਾਲੀ ਜੇ ਰੋਂਦੀ ਤਾਂ ਕ੍ਰਿਸ਼ਨਾ ਉਸ ਨੂੰ ਭੱਜ ਕੇ ਪੈਂਦੀ ਤੂੰ ਕਿਉਂ ਰੋਨੀ ਏ ਤੇਰਾ ਕੀ ਲੱਗਦਾ ਸੀ ਆਦਮੀ ਤਾਂ ਮੇਰਾ ਸੀ ਤੈਨੂੰ ਕੀ ਦੁੱਖ ਹੈ ਕ੍ਰਿਸ਼ਨਾ ਸਿਆਪੇ ਚ ਬੈਠੀਆਂ ਔਰਤਾਂ ਸਾਹਮਣੇ ਜੀ ਖੋਲ ਕੇ ਨਾਮਦੇਵ ਦੀ ਘਰਵਾਲੀ ਨੂੰ ਬੁਰਾ ਭਲਾ ਕਹਿੰਦੀ ਤੇ ਉਹ ਵਿਚਾਰੀ ਅੱਗੋਂ ਚੁੱਪ ਕਰਕੇ ਸੁਣੀ ਜਾਂਦੀ ਹੀ ਜੜੀ ਨਾਲ ਕਿਹੜਾ ਲੜੇ ਦਾ ਸੰਸਕਾਰ ਤੋਂ 8ਵੇਂ ਦਿਨ ਧੀਮੀਆਂ ਇਕੱਠੀਆਂ ਹੋ ਕੇ ਪਿੰਡ ਦੇ ਬਾਹਰ ਸੂਏ ਤੇ ਸਿਰ ਧੋਣ ਗਈਆਂ ਜਦੋਂ ਨਾਮਦੇਵ ਦੀ ਘਰਵਾਲੀ ਦੇ ਵਾਲ ਧੋ ਕੇ ਉਹਨਾਂ ਨੇ ਉਸਦੇ ਸਿਰ ਵਿੱਚ ਗੁੱਤ ਪਾਈ ਤਾਂ ਕ੍ਰਿਸ਼ਨਾਂ ਨੇ ਉਸ ਦੀ ਗੁੱਤ ਫੜ ਕੇ ਖਿੱਚ ਲਈ ਮੇਰੀ ਗੁੱਤ ਕਿਉਂ ਨਹੀਂ ਲੈ ਕੇ ਆਈਆਂ ਤੁਸੀਂ ਮੇਰਾ ਵੀ ਤਾਂ ਆਦਮੀ ਸੀ ਮੇਰੀ ਸੁਖ ਨਾ ਮੰਗੀ ਗਈ ਤੁਹਾਡੇ ਤੋਂ ਪਾਪਣੋ ਥੋੜਾ ਅਗਲਾ ਪਿਛਲਾ ਨਾਸ ਹੋ ਜਾਏ ਬੀੜਾ ਵੇਚੇ ਥੋੜੇ ਜੰਮਣ ਵਾਲਿਆਂ ਦਾ ਉਹ ਫੇਰ ਪਹਿਲਾਂ ਵਾਂਗ ਗਾਲਾਂ ਕੱਢਣ ਲੱਗ ਪਈ ਔਰਤਾਂ ਨੇ ਉਸ ਨੂੰ ਮੁਸ਼ਕਲ ਨਾਲ ਕਾਬੂ ਕੀਤਾ ਇੱਕ ਬੰਦਾ ਭੇਜ ਕੇ ਬਾਜ਼ਾਰੋਂ ਗੁੱਤ ਮੰਗਵਾਈ ਤੇ ਕ੍ਰਿਸ਼ਨਾਂ ਦੇ ਵਾਲ ਵੀ ਉਹਨਾਂ ਨੇ ਗੁੰਦ ਦਿੱਤੇ ਨਾਮਦੇਵ ਨੂੰ ਮਰੇ ਨੂੰ ਕਈ ਦਿਨ ਹੋ ਗਏ ਰਿਸ਼ਤੇਦਾਰ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਲੋਕ ਆਪੋ ਆਪਣੀ ਕੰਮੀ ਲੱਗ ਗਏ ਨਾਮਦੇਵ ਦੇ ਮਾਪੇ ਦਿਲ ਕਰੜਾ ਕਰਕੇ ਕਾਰੋਬਾਰ ਤੇ ਘਰ-ਬਾਰ ਸੰਭਾਲਣ ਲੱਗ ਪਏ ਤੇ ਉਸ ਦੀ ਘਰਵਾਲੀ ਕਦੇ ਬੱਚਿਆਂ ਚ ਰੁੱਝ ਜਾਂਦੀ ਤੇ ਕਦੇ ਨਾਮਦੇਵ ਨੂੰ ਯਾਦ ਕਰਕੇ ਰੋ ਲੈਂਦੀ ਪਰ ਕ੍ਰਿਸ਼ਨਾ ਬਿਲਕੁਲ ਇਕੱਲੀ ਰਹਿ ਗਈ ਸੀ ਨਾਮਦੇਵ ਦੇ ਮਾਪੇ ਨੇ ਉਸ ਨੂੰ ਵਾਪਸ ਜਾਣ ਲਈ ਨਹੀਂ ਕਿਹਾ ਉਹਨਾਂ ਨੂੰ ਤਰਸ ਆਉਂਦਾ ਸੀ ਉਸ ਤੇ ਜਿਵੇਂ ਉਹ ਉਹਨਾਂ ਦੀ ਦੂਜੀ ਨੂੰਹ ਸੀ ਨਾਮਦੇਵ ਦੀ ਘਰਵਾਲੀ ਵੀ ਹੁਣ ਉਸ ਦੀ ਕਹੀ ਕਿਸੇ ਗੱਲ ਦਾ ਗੁੱਸਾ ਨਾ ਮੰਨਦੀ ਆਪਣੀ ਸਗੀ ਭੈਣ ਵਰਗਾ ਮੋਹ ਹੋ ਗਿਆ ਸੀ ਉਸ ਨੂੰ ਕ੍ਰਿਸ਼ਨਾ ਨਾਲ ਜਿਵੇਂ ਦੋਹਾਂ ਦਾ ਦੁੱਖ ਸਾਂਝਾ ਸੀ ਉਹ ਕ੍ਰਿਸ਼ਨ ਨੂੰ ਰੋਂਦੀ ਨੂੰ ਚੁੱਪ ਕਰਵਾਉਂਦੀ ਤੇ ਜ਼ਬਰਦਸਤੀ ਰੋਟੀ ਦੀਆਂ ਬੁਰਕੀਆਂ ਉਸ ਦੇ ਮੂੰਹ 'ਚ ਪਾਉਂਦੀ ਲੈ ਤੂੰ ਚਾਰੇ ਬੱਚੇ ਸਾਂਭ ਲੈ ਉਸਦੇ ਮੈਂ ਤੇਰੀ ਗੋਲੀ ਬਣ ਕੇ ਰਹਾਂ ਨਾਮਦੇਵ ਦੀ ਘਰਬਾੜੀ ਛੋਟਾ ਮੁੰਡਾ ਕ੍ਰਿਸ਼ਨਾਂ ਦੀ ਗੋਦ ਵਿੱਚ ਰੱਖਦੀ ਹੋਈ ਕਹਿੰਦੀ ਉਸ ਨੂੰ ਕ੍ਰਿਸ਼ਨਾਂ ਦੇ ਜਿਸਮ ਤੋਂ ਜਿਵੇਂ ਨਾਮਦੇਵ ਦੀ ਮਹਿਕ ਆਉਂਦੀ ਲੱਗਦੀ ਕ੍ਰਿਸ਼ਨਾਂ ਨੂੰ ਦੇਖ ਕੇ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਨਾਮਦੇਵ ਖੁਦ ਉਸ ਕੋਲ ਬੈਠਾ ਹੋਵੇ ਉਹ ਜਾਣਦੀ ਸੀ ਕਿ ਨਾਮਦੇਵ ਦਾ ਅਸਲੀ ਪਿਆਰ ਕ੍ਰਿਸ਼ਨ ਨਾਲ ਸੀ। ਉਹ ਤਾਂ ਸਿਰਫ ਅੱਗਮੂਰੇ ਕੱਟੇ ਫੇਰਿਆਂ ਦਾ ਰਿਸ਼ਤਾ ਨਿਭਾਰੇ ਸੀ ਤੇ ਕ੍ਰਿਸ਼ਨ ਨਾਮਦੇਵ ਦੇ ਦਿਲ ਤੇ ਰਾਜ ਕਰਦੀ ਰਹੀ ਸੀ। ਕ੍ਰਿਸ਼ਨ ਅਤੇ ਨਾਮਦੇਵ ਦਾ ਪਿਆਰ ਭਾਵੇਂ ਸਰੀਰਕ ਸੁੰਦਰਤਾ ਤੋਂ ਸ਼ੁਰੂ ਹੋਇਆ ਸੀ ਪਰ ਦੁੱਖ ਅਤੇ ਬਦਨਾਮੀ ਨੇ ਇਸ ਪਿਆਰ ਨੂੰ ਭਗਤੀ ਦਾ ਰੂਪ ਦੇ ਦਿੱਤਾ ਸੀ। ਭਗਤੀ ਜੋ ਬੰਦਿਆਂ ਨੂੰ ਦੇਵਤੇ ਬਣਾ ਦਿੰਦੀ ਹੈ। ਲੋਕ ਹੁਣ ਉਹਨਾਂ ਦੇ ਪ੍ਰੇਮ ਦੀਆਂ ਗੱਲਾਂ ਚਟਕਾਰੇ ਲੈ ਕੇ ਨਹੀਂ ਸੀ ਕਰਦੇ ਜਿਵੇਂ ਕ੍ਰਿਸ਼ਨ ਦਾ ਗਮ ਸਾਰੇ ਪਿੰਡ ਦਾ ਗਮ ਬਣ ਗਿਆ ਸੀ ਉਹ ਹੱਸਣਾ ਖੇਡਣਾ ਭੁੱਲ ਗਈ ਚਰਨਿਆਂ ਵਾਂਗ ਵਹਿਣ ਵਾਲੀ ਕ੍ਰਿਸ਼ਨਾਂ ਸ਼ਾਂਤ ਸਮੁੰਦਰ ਬਣ ਗਈ ਇੱਕ ਦਿਨ ਉਸਦੇ ਸਾਥੀ ਆਏ ਤੇ ਉਸਦੀ ਹਾਲਤ ਦੇਖ ਕੇ ਰੋ ਪਏ ਚੱਲ ਕ੍ਰਿਸ਼ਨਾਂ ਅਸੀਂ ਤੈਨੂੰ ਲੈਣ ਆਏ ਹਾਂ ਉਹਨਾਂ ਨੇ ਜ਼ੋਰ ਪਾਇਆ ਤਾਂ ਕ੍ਰਿਸ਼ਨਾਂ ਚੁੱਪਚਾਪ ਉੱਠ ਕੇ ਉਹਨਾਂ ਦੇ ਨਾਲ ਤੁਰ ਪਈ ਪਰ ਹੁਣ ਪਹਿਲਾਂ ਵਾਲੀ ਕਿੱਥੇ ਰਹਿ ਗਈ ਸੀ ਕ੍ਰਿਸ਼ਨਾ ਉਸਦੇ ਸਾਥੀ ਵਿਆਹ ਸ਼ਾਦੀਆਂ ਤੇ ਨੱਚਣ ਜਾਂਦੇ ਤਾਂ ਉਹ ਘਰ ਹੀ ਪਈ ਰਹਿੰਦੀ ਕਿਸੇ ਦੇ ਘਰ ਮੁੰਡਾ ਹੁੰਦਾ ਲੋਕ ਖਾਸ ਉਹਨੂੰ ਸੱਦਦੇ ਉਹ ਬੁੱਤ ਬਣੀ ਆਪਣੇ ਸਾਥੀਆਂ ਨਾਲ ਤੁਰ ਪੈਂਦੀ ਨਾ ਗਾਉਂਦੀ ਤੇ ਨਾ ਹੀ ਨੱਚਦੀ ਉਹ ਕਈ ਤਰੀਕਿਆਂ ਨਾਲ ਉਸ ਦਾ ਮਨ ਪਰਚਾਉਂਦੇ ਪਰ ਕ੍ਰਿਸ਼ਨਾ ਲਈ ਸਭ ਫਜ਼ੂਲ ਸੀ ਉਹਦਾ ਟੈੱਡ ਹੋਰ ਵੱਧ ਗਿਆ ਤੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਜਿਗਰ ਦੀ ਬਿਮਾਰੀ ਸੀ ਜੇ 체ਤੀ ਇਲਾਜ ਨਾ ਹੋਇਆ ਤਾਂ ਜਾਨ ਨੂੰ ਖਤਰਾ ਸੀ ਪਰ ਕ੍ਰਿਸ਼ਨਾ ਨੇ ਦਵਾਈ ਨੂੰ ਮੂੰਹ ਨਾ ਲਾਇਆ ਉਹ ਖੁਰਦੀ ਚਲੀ ਗਈ ਨਾਮਦੇਵ ਦੇ ਰਿਸ਼ਤੇਦਾਰਾਂ ਵਿੱਚ ਹੀ ਕਿਸੇ ਦੇ ਮੁੰਡਾ ਹੋਇਆ ਤਾਂ ਉਹਨਾਂ ਨੇ ਕ੍ਰਿਸ਼ਨਾ ਨੂੰ ਲੈਣ ਲਈ ਖਾਸ ਬੰਦਾ ਭੇਜਿਆ ਨਾਮਦੇਵ ਦੇ ਪਰਿਵਾਰ ਦਾ ਨਾਮ ਸੁਣ ਕੇ ਕ੍ਰਿਸ਼ਨਾ ਅੰਦਰ ਕਿਤੇ ਕੁਝ ਭੁਰਿਆ ਉਹ ਆਪਣਾ ਲਾਮ ਲਸ਼ਕਰ ਲੈ ਕੇ ਤੁਰ ਪਈ ਪੰਡਾਲ 'ਚ ਇੱਕ ਪਾਸੇ ਮੰਜੀ ਡਹਾ ਕੇ ਬੈਠ ਕੇ ਯੋਗ ਤੇ ਨਵੀਆਂ ਨਾਚੀਆਂ ਨੱਚਣ ਲੱਗੀਆਂ ਨਾ ਕ੍ਰਿਸ਼ਨਾ ਨਾ ਅਸੀਂ ਤਾਂ ਤੇਰੀ ਆਵਾਜ਼ ਸੁਣਨੀ ਆ ਸਦੀਆਂ ਹੋ ਗਈਆਂ ਲੋਕ ਉਸਤੇ ਮਗਰ ਪੈ ਗਏ ਕ੍ਰਿਸ਼ਨਾ ਹੌਲੀ ਦੇਣੀ ਉੱਠੀ ਪੰਡਾਲ ਚ ਗਈ ਹਲਕਾ ਜਿਹਾ ਗੇੜਾ ਦਿੱਤਾ ਤੇ ਹੇਕ ਕੱਢੀ ਰੂ ਲੈ ਗਿਆ ਦਿਲਾਂ ਦਾ ਜਾਨੀ ਤੇ ਹੱਡ ਸਾਨੂੰ ਚੁੱਕਣਾ ਪਿਆ ਹਾਏ ਗੌਂਦੀ ਹੋਈ ਉਹ ਫੁੱਟ ਫੁੱਟ ਕੇ ਰੋ ਪਈ ਨਾ ਕ੍ਰਿਸ਼ਨਾ ਨਾ ਰੋਣਾ ਗਏ ਹੋਏ ਨਹੀਂ ਕਦੇ ਮੁੜਦੇ ਤੀਵੀਆਂ ਉਸ ਦੀ ਕੋਕ ਸੁਣ ਕੇ ਤੜਫ ਗਈਆਂ ਕੇ 냔ੇ ਪੱਲਿਆਂ ਨਾਲ ਅੱਖਾਂ ਪੁੰਝੀਆਂ ਜੇ ਟੱਕਰੇ ਤਾਂ ਹਾਲ ਸੁਣਾਵਾ ਵੇ ਦੁੱਖਾਂ ਵਿੱਚ ਪੈ ਗਈ ਜਿੰਦੜੀ ਉਹ ਗੌਂਦੀ ਗੌਂਦੀ ਪੁੰਝੇ ਬੈਠ ਕੇ ਕੀਰਨੇ ਪਾਉਣ ਲੱਗ ਪਈ ਨਾ ਮੇਰੀ ਬੀਬੀ ਤੀ ਨਾ ਰੋਣਾ ਸਾਡੇ ਤੋਂ ਨਹੀਂ ਦੇਖੀ ਜਾਂਦੀ ਸਬਰ ਕਰੀਦਾ ਰੱਬ ਮੁਰੇ ਅਰਦਾਸ ਕਰ ਕਿਸੇ ਸਿਆਣੀ ਤੀਮੀ ਨੇ ਆ ਕੇ ਉਸ ਨੂੰ ਗੱਲ ਨਾਲ ਲਾ ਲਿਆ ਕ੍ਰਿਸ਼ਨ ਬਹੁਤ ਦੇਰ ਤੱਕ ਉਸ ਔਰਤ ਦੇ ਗੱਲ ਲਾ ਕੇ ਰੋਂਦੀ ਰਹੀ ਖੁਸ਼ੀ ਦਾ ਮਾਹੌਲ ਗਮੀਚ ਬਦਲ ਗਿਆ ਲੋਕ ਉੱਠ ਕੇ ਆਪੋ ਆਪਣੇ ਘਰਾਂ ਚਲੇ ਗਏ। ਚੱਲ ਕੋਈ ਨਹੀਂ ਕ੍ਰਿਸ਼ਨਾ ਤੂੰ ਮੁੰਡੇ ਦੀ ਵੇਲ ਵਧਾ ਆਖ ਕੇ ਨਵੇਂ ਜੰਮੇ ਮੁੰਡੇ ਦੀ ਦਾਦੀ ਨੇ ਮੁੰਡਾ ਕ੍ਰਿਸ਼ਨਾ ਦੀ ਝੋਲੀ ਵਿੱਚ ਪਾ ਦਿੱਤਾ। ਕ੍ਰਿਸ਼ਨਾ ਨੇ ਮੁੰਡੇ ਨੂੰ ਅਸੀਸ ਦਿੱਤੀ ਤੇ ਉੱਠ ਕੇ ਵਾਪਸ ਆ ਗਈ। ਨਾ ਪੈਸੇ ਮੰਗੇ ਤੇ ਨਾ ਕੋਈ ਹੋਰ ਚੀਜ਼ ਦੇਖੀ। ਹੁਣ ਕ੍ਰਿਸ਼ਨਾ ਕਿਸੇ ਦੇ ਘਰ ਨਾ ਜਾਂਦੀ। ਕਿਸੇ ਦੇ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਨਵੀਂ ਜੋੜੀ ਲੈ ਕੇ ਕ੍ਰਿਸ਼ਨਾ ਤੋਂ ਅਸੀਸ ਲੈਣ ਆਉਂਦੇ। ਕਿਸੇ ਦੇ ਘਰ ਮੁੰਡਾ ਪੈਦਾ ਹੁੰਦਾ ਤਾਂ ਉਹ ਕ੍ਰਿਸ਼ਨਾ ਦੀ ਝੋਲੀ 'ਚ ਪਾ ਕੇ ਮੁੰਡੇ ਦੀ ਲੰਮੀ ਉਮਰ ਦਾ ਅਸ਼ੀਰਵਾਦ ਮੰਗਦੇ ਤੇ ਵੇਲ ਵਧਾਉਂਦੇ ਕ੍ਰਿਸ਼ਨਾ ਨੇ ਪੈਸਿਆਂ ਲਈ ਜਿੱਦ ਛੱਡ ਦਿੱਤੀ ਸੀ ਲੜਨਾ ਛੱਡ ਦਿੱਤਾ ਸੀ ਤੇ ਗਾਉਣਾ ਬਜਾਉਣਾ ਤਾਂ ਪਹਿਨਾਂ ਹੀ ਬੰਦ ਸੀ ਅਜੀਬ ਜੀ ਸ਼ਾਂਤੀ ਸੀ ਉਸ ਦੇ ਚਿਹਰੇ ਤੇ ਉਹ ਕੁਝ ਖਾਂਦੀ ਪੀਂਦੀ ਨਹੀਂ ਸੀ ਬਸ ਸਾਰਾ ਦਿਨ ਚੁੱਪ ਚਾਪ ਪਈ ਆਪਣੇ ਸਾਥੀਆਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕੋਈ ਜਵਾਬ ਨਾ ਦਿੰਦੀ ਤੇ ਫੇਰ ਇੱਕ ਦਿਨ ਇਸੇ ਖਾਮੋਸ਼ੀ ਨਾਲ ਦੁਨੀਆ ਛੱਡ ਕੇ ਚਲੀ ਗਈ ਕ੍ਰਿਸ਼ਨਾ ਕਹਿੰਦੇ ਨੇ ਆਮ ਜਦੋਂ ਖੁਸਰਾ ਮਰਦਾ ਤਾਂ ਉਸਦੇ ਮਰਨ ਤੇ ਉਸਦੇ ਪਾਈਚਾਰੇ ਦੇ ਲੋਕ ਜਸ਼ਨ ਮਨਾਉਂਦੇ ਹਨ ਦੂਰੋਂ ਦੂਰੋਂ ਹੀਜੜੇ ਇਕੱਠੇ ਹੁੰਦੇ ਹਨ ਤੇ ਉਸਦੇ ਮਰਨ ਨੂੰ ਵੱਡਾ ਕਰਦੇ ਹਨ ਨੱਚ ਗਾ ਕੇ ਟੋਲ ਟਮੱਕੇ ਨਾਲ ਉਹ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ ਕਿ ਇੱਕ ਹੀਜੜੇ ਦੀ ਜੂਨ ਪੂਰੀ ਹੋਈ ਤੇ ਉਸ ਨੂੰ ਮੁਕਤੀ ਮਿਲੀ ਪਰ ਕ੍ਰਿਸ਼ਨਾ ਵੇਲੇ ਅਜਿਹਾ ਕੁਝ ਨਹੀਂ ਹੋਇਆ ਉਸ ਦਿਨ ਥੀ ਨਾਲ ਸਾਰੇ ਪਿੰਡ ਦੇ ਲੋਕ ਗਏ ਇੱਕ ਦੁੱਖ ਸੀ ਸਭ ਦੇ ਚਿਹਰਿਆਂ ਤੇ ਜਿਵੇਂ ਪਿੰਡ ਦੀ ਜਵਾਨਤੀ ਅਣਾਈ ਮੌਤ ਮਰ ਗਈ ਹੋਵੇ ਇੱਕ ਅਫਸੋਸ ਸੀ ਸਭ ਨੂੰ ਕ੍ਰਿਸ਼ਨਾਂ ਦੇ ਜਾਣ ਦਾ ਇੱਕ ਦਰਦ ਸੀ ਸਭ ਦੇ ਦਿਲ ਵਿੱਚ ਉਸ ਕੁੜੀ ਲਈ ਜਿਸ ਨੂੰ ਸਮਾਜ ਨੇ ਠੁਕਰਾ ਦਿੱਤਾ ਸੀ ਤੇ ਉਹ ਉਸੇ ਸਮਾਜ ਦਾ ਹਿੱਸਾ ਬਣ ਲਈ ਤੜਫਦੀ ਮਰ ਗਈ ਕ੍ਰਿਸ਼ਨਾਂ ਦੀ ਯਾਦ ਵਿੱਚ ਪਿੰਡੋਂ ਬਾਹਰ ਲੋਕਾਂ ਨੇ ਇੱਕ ਮਟੀ ਬਣਾ ਦਿੱਤੀ ਸੀ ਉਸ ਪਵਿੱਤਰ ਥਾਂ ਤੇ ਜਿੱਥੇ ਪਿੰਡ ਦੀਆਂ ਸਤੀਆਂ ਦੀਆਂ ਮਟੀਆਂ ਸਨ ਚਿੱਟੇ ਰੰਗ ਦੀ ਮਿੱਟੀ ਨਾਲ ਲਿਪਤੀ ਹੋਈ ਮਟੀ ਪਿੰਡ 'ਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਨਵੀਂ ਜੋੜੀ ਸੁਹਾਗ ਸੇਜ ਤੇ ਪੈਰ ਪਾਉਣ ਤੋਂ ਪਹਿਲਾਂ ਕ੍ਰਿਸ਼ਨਾ ਦੀ ਮੱਟੀ ਤੇ ਮੱਥਾ ਟੇਕਣੋਂਦੀ ਪਿੰਡ 'ਚ ਕਹਾਵਤ ਸੀ ਕਿ ਸੁੱਚੀ ਕੁੱਖ ਜਿਹੜੀ ਵੋਟੀ ਕ੍ਰਿਸ਼ਨਾ ਦੀ ਮੱਟੀ ਤੇ ਮੱਥਾ ਟੇਕੇਗੀ ਉਸ ਦੇ ਘਰ ਪੁੱਤ ਜੰਮੇਗਾ ਕਿਸੇ ਦੇ ਘਰ ਮੁੰਡਾ ਜੰਮਦਾ ਤਾਂ ਜਨੇਪੇ ਵਾਲੀ ਔਰਤ ਸਰਤੇ ਸੱਤ ਖੂਹਾਂ ਦੇ ਪਾਣੀ ਨਾਲ ਭਰੀ ਗੜਵੀ ਤੇ ਗੋਦੀ ਚ ਪੁੱਤ ਚੁੱਕ ਕੇ ਤੀਵੀਆਂ ਦੇ ਝੁੰਡ ਨਾਲ ਮੱਥਾ ਟੇਕਣ ਆਉਂਦੀ। ਤੀਵੀਆਂ ਸਤਿਆਂ ਨੂੰ ਖੁਸ਼ ਕਰਨ ਲਈ ਗੀਤ ਵੀ ਗਾਉਂਦੀਆਂ। ਪੁਰਾਣੇ ਬੰਦੇ ਚੱਲ ਬਸੇ ਸਨ ਨਵੀਂ ਪੀੜੀ ਆ ਗਈ ਸੀ। ਪੀੜੀਆਂ ਬਦਲ ਗਈਆਂ ਪਰ ਕ੍ਰਿਸ਼ਨਾਂ ਦੀ ਮੱਟੀ ਤੇ ਉਸੇ ਤਰ੍ਹਾਂ ਮੱਥੇ ਟਿਕਦੇ ਤੇ ਮੇਲੇ ਲੱਗਦੇ। ਉਹ ਦੰਦ ਕਥਾ ਬਣ ਗਈ ਸੀ। ਲੋਕ ਉਸ ਨੂੰ ਦੇਵੀ ਕ੍ਰਿਸ਼ਨਾਂ ਕਹਿ ਕੇ ਬੁਲਾਉਂਦੇ। ਅੱਜ ਵੀ ਪਿੰਡੋਂ ਬਾਹਰ ਬਣੀਆਂ ਸਤਿਆਂ ਦੀਆਂ ਮਟੀਆਂ ਵਿੱਚ ਉਸ ਦੀ ਮੱਟੀ ਸਭ ਤੋਂ ਉੱਚੀ ਹੈ ਜਿਸ ਨੂੰ ਬੁੜੀਆਂ ਹਰ ਬੀਰ ਬਾਰ ਲਿਪਦੀਆਂ ਤੇ ਗੌਂਦੀਆਂ ਨੇ ਸਤੀਓ ਨਿਸਤਵੰਤੀਓ ਕੁੱਲ ਦੀ ਰਖਿਓ ਲਾਜ ਦੁੱਧ ਪੁੱਤ ਦੀਓ ਦਾਤੀਓ ਘਰ ਦੇ ਜਾਗਣ ਭਾਗ ਸ਼ੁਕਰੀਆ ਦੋਸਤੋ